ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜੀ ਰਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਘਰ ਦੇ ਕੀਰਤਨੀਏ ਗਿਆਨੀ ਪ੍ਰਕਾਸ਼ ਸਿੰਘ ਜੀ, ਜੋ ਕਿ ਬੜੇ ਪਿਆਰ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦੇ ਨਾਲ ਰਾਗੀ ਜਥਾ ਮੇਰੇ ਵੀਰ ਮੁਕਤਸਰ ਵਾਲੇ ਵੀ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਇੱਕ ਸ਼ਬਦ ਦਾ ਟਾਈਮ ਦਿੱਤਾ ਜਾਵੇਗਾ। ਗੁਰੂ ਪਿਆਰੇ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਨੇ ਆਪਣੀ ਸਾਰੀ ਆਗਲਾ ਸਿੱਖ ਪੰਥ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਬਤੀਤ ਕੀਤੀ। ਪਰਲੋਕ ਦੀ ਜ਼ਿੰਦਗੀ ਸਵਰਗ ਬਣ ਜਾਏਗੀ।
ਬੇਨਤੀ ਇੱਥੇ ਉਲਕਾਦੇ ਆ, ਭਾਵੇਂ ਅੱਜ ਦਾ ਵਿਸ਼ਾ ਨਹੀਂ ਪਰ ਮੈਂ ਅੱਜ ਕਰਨੀ ਚਾਹੁੰਦਾ ਕਿਉਂਕਿ ਪ੍ਰਚਾਰਕ ਸ਼੍ਰੇਣੀ ਨਾਲ ਸੰਬੰਧਿਤ ਹੈ। ਯਾਦ ਰੱਖਿਓ ਜੇ ਕੱਚੀ ਬਾਣੀ ਦਾ ਫੈਸਲਾ ਅੱਜ ਹੀ ਹੋ ਗਿਆ ਸੀ, ਕਿਉਂਕਿ ਨਹੀਂ ਤੇ ਸਾਹਿਬ ਉਹਨੂੰ ਕਹਿੰਦੇ ਵੀ ਤੁਰ ਬਾਪ ਜਾ ਜਾ ਮੇਰੇ ਨਾਲ। ਉਹਨੇ ਇੱਕ ਬਚਨ ਆਖਿਆ, ਕਹਿਣ ਲੱਗੇ ਜੇ ਰੱਬ ਦਾ ਸ਼ਬਦ ਪਾ ਕੇ ਗਾਵੇ, ਇਹਦਾ ਮਤਲਬ ਇੱਕ ਸ਼ਬਦ ਉਹਨੇ ਜਿਹੜੇ ਲੋਕਾਂ ਨੂੰ ਖੁਸ਼ ਕਰਨ ਵਾਲੇ ਨੇ, ਇੱਕ ਸ਼ਬਦ ਉਹਨੇ ਜਿਹੜੇ ਰੱਬ ਨੂੰ ਖੁਸ਼ ਕਰਨ ਵਾਲੇ ਨੇ। ਤਲਵੰਡੀ ਦੀ ਧਰਤੀ ਉੱਤੇ ਇੱਕ ਪ੍ਰਚਾਰਕ ਚੁਣਿਆ, ਇੱਕ ਸੱਚੀ ਬਾਣੀ ਦੀ ਗੱਲ ਚੁਣੀ, ਕਿਉਂ? ਕਿਉਂਕਿ ਤੂੰ ਕਦੇ ਕੂੜ ਦੀ ਬਾਣੀ ਨਾ ਗਾਵੀ। ਦੋ ਫੈਸਲੇ ਕਰਕੇ ਭਾਈ ਮਰਦਾਨਾ ਵੀ ਧੰਨ ਹੈ ਜਿਹਨੇ ਗੁਰੂ ਦੇ ਨਾਲ ਆਪਣੀ ਜ਼ਿੰਦਗੀ ਦਾ ਸੁਨੇਹ ਪਾ ਲਿਆ, ਹਾਂ ਹੀ ਨਹੀਂ ਕੀਤੀ, ਜ਼ਿੰਦਗੀ ਸਮਰਪਿਤ ਕਰ ਦਿੱਤੀ। ਮੈਂ ਸਿਰਫ ਤਿੰਨ ਅੱਜ ਪ੍ਰਚਾਰਕਾਂ ਦੀ ਜ਼ਿੰਦਗੀ ਦਾ ਮਸਲਾ ਹੈ, ਤਾਂ ਕਰਕੇ ਮੈਂ ਕੇਵਲ ਪ੍ਰਚਾਰਕ ਦਾ ਅਸਥਾਨ ਕੀ ਹੈ ਸਿਰਫ ਉਹੀਓ ਗੱਲ ਤੁਹਾਡੇ ਨੂੰ ਸਾਂਝੀ ਕਰਾਂਗਾ। ਲਵੇਰਾ ਸਭਾ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਨੇ ਨਾਲ ਨਹੀਂ, ਲੇਕਿਨ ਇੰਨੀ ਆਪਣੇ ਜੀਵਨ ਵਿੱਚ ਦ੍ਰਿੜਤਾ ਧਾਰਨ ਕਰ ਲਈ ਭਾਈ ਮਰਦਾਨੇ ਵਰਗਾ ਪ੍ਰਚਾਰਕ ਬਣ ਕੇ ਹਜ਼ੂਰ ਨੇ ਇੱਕ ਦੁਨੀਆ ਦੇ ਸਾਹਮਣੇ ਇੱਕ ਤਸਵੀਰ ਪੇਸ਼ ਕਰ ਦਿੱਤੀ। ਪ੍ਰਚਾਰਕ ਹੋਵੇ ਤੇ ਇਹੋ ਜਿਹਾ ਹੋਵੇ। ਦੇਖੋ ਕਦੇ ਮੈਂ ਦੋ ਤਿੰਨ ਉਦਾਹਰਨਾਂ ਦੀਆਂ, ਇਹ ਆਪਾਂ ਸਾਰੇ ਜਾਣਦੇ ਭਾਈ ਮਰਦਾਨਾ ਜੀ ਮਰਾਸੀ ਜਾਤ ਨਾਲ ਸੰਬੰਧਿਤ ਨੇ ਤੇ ਘਰ ਪਰਿਵਾਰ ਵੱਲੋਂ ਵੀ ਗੁਜ਼ਰਾਂ ਨੂੰ ਕੋਈ ਬਹੁਤਾ ਸੌਖਾ ਨਹੀਂ ਸੀ। ਪਰ ਹੈਰਾਨੀ ਦੀ ਗੱਲ, ਭਾਈ ਮਰਦਾਨਾ ਮੇਰੇ ਸ਼ਿਵ ਨਾਮ ਰਾਜੇ ਨੂੰ, ਭਾਈ ਮਰਦਾਨਾ ਮੇਰੇ ਬਾਬਰ ਨੂੰ, ਭਾਈ ਮਰਦਾਨਾ ਮੇਰੇ ਮਲਕ ਭਾਗੋ ਵਰਗੇ ਅਮੀਰ ਪੁਰਖਾਂ ਨੂੰ, ਲੇਕਿਨ ਭਾਈ ਮਰਦਾਨਾ ਕਦੇ ਸਵਾਏ ਰੱਬੀ ਬਾਣੀ ਤੋਂ ਬਿਨਾਂ, ਉਹਨਾਂ ਨੂੰ ਇੱਕ ਬਾਣੀ ਬਿਨਾਂ ਕਵੇ ਵੀ ਕਦੇ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਮੈਨੂੰ ਕੋਈ ਅਜਿਹੇ ਪੈਸੇ ਜਾਂ ਕੋਈ ਅਜਿਹੀ ਚੀਜ਼ ਦੇ ਦਿਓ ਜਿਹੜੀ ਮੈਂ ਆਪਣੇ ਘਰ ਪਰਿਵਾਰ ਵਿੱਚ ਭੇਜ ਕੇ ਘਰ ਪਰਿਵਾਰ ਦਾ ਗੁਜ਼ਰਾਨ ਸੌਖਾ ਕਰ ਲਵਾਂ। ਇੰਨਾ ਸਿਰਕ ਤੈਨੂੰ ਤੇਰੇ ਗੁਰੂ ਉੱਤੇ, ਗੁਰੂ ਨਾਲ ਜਨਮ ਲੈਣਾ, ਗੁਰੂ ਨਾਲ ਪਿਆਰ ਕਰ ਲੈਣਾ, ਗੁਰੂ ਨਾਲ ਵਿਚਾਰਾਂ ਕਰ ਲੈਣਾ, ਗੁਰੂ ਕੋਲ ਆਪਣੀ ਮੰਗ ਦੱਸ ਦੇਣਾ। ਪਰ ਕਿਸੇ ਗੈਰ ਬੰਦੇ ਕੋਲ ਕਦੇ ਭਾਈ ਮਰਦਾਨੇ ਨੇ ਆਪਣੀ ਮੰਗ ਨਹੀਂ ਦੱਸੀ। ਬੜੇ ਅਮੀਰ ਪੁਰਖ ਗੁਰੂ ਦੇ ਦਰ ਤੇ ਝੁਕਦੇ ਰਹੇ, ਪਰ ਭਾਈ ਮਰਦਾਨੇ ਨੇ ਆਪਣੇ ਗੁਰੂ ਦੀ ਕੋਈ ਕਮਜ਼ੋਰੀ, ਆਪਣੀ ਕੋਈ ਕਮਜ਼ੋਰੀ, ਆਪਣੇ ਗੁਜ਼ਰਾਨ ਦੀ ਕਦੇ ਕੋਈ ਕਮਜ਼ੋਰੀ ਕਿਸੇ ਬੰਦੇ ਅੱਗੇ ਨਹੀਂ ਫੋਲੀ। ਇਤਿਹਾਸ ਚੁੱਪ ਹੈ। ਦੂਜੀ ਗੱਲ ਕਰਾਂ, ਫਿਰ ਏਡਾ ਸਮਰਪਿਤ ਗੁਰੂ ਕਾ ਪ੍ਰਚਾਰਕ, ਜਿੱਥੇ ਉਹ ਭੇਜਣ ਭਾਈ ਮਰਦਾਨਾ ਉੱਥੇ ਚਲਾ ਜਾਏ। ਇੱਥੋਂ ਤੱਕ ਜ਼ਿਕਰ ਹੈ, ਕਹਿਣ ਲੱਗੇ ਅੱਜ ਮੇਰੇ ਮਾਲਕ ਨੇ ਕਿਰਪਾ ਕੀਤੀ। ਦੇਖੋ ਕਦੇ ਇਤਿਹਾਸ ਵਿੱਚ ਇਹੋ ਜਿਹੀ ਘਟਨਾ ਨਹੀਂ ਆਉਂਦੀ, ਕਦੇ ਕੋਈ ਮੁਸਲਮਾਨ ਕਿਸੇ ਹਿੰਦੂ ਧਾਰਮਿਕ ਸਥਾਨ ਤੇ ਗਿਆ ਹੋਵੇ, ਐਸੀ ਇਤਿਹਾਸ ਚ ਮਿਸਾਲ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਜਗਨਨਾਥਪੁਰੀ ਗਏ ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਵੀ ਰਬਾਬ ਜਾ, ਸਤਿਗੁਰ ਪਾਤਸ਼ਾਹ ਇਹ ਮੰਦਰ, ਕਹਿਣ ਲੱਗੇ ਹਾਂ, ਇੱਥੇ ਆਪਾਂ ਕੀ ਕਰਨਾ, ਕਹਿਣ ਲੱਗੇ ਇੱਥੇ ਆਰਤੀ ਕਰਨੀ ਹੈ। ਗੱਲ ਚੇਤਾ ਰੱਖਿਓ, ਮੁਸਲਮਾਨ ਕਦੇ ਮੰਦਰ ਨਹੀਂ ਜਾਂਦਾ, ਮੰਦਰ ਚਲਾ ਜਾਏ ਤੇ ਉਹਨਾਂ ਦੀ ਵਿਧੀ ਅਨੁਸਾਰ ਕੀਰਤਨ ਨਹੀਂ ਕਰਦਾ, ਕੀਰਤਨ ਵੀ ਕਰੇ ਤੇ ਆਰਤੀ ਤੇ ਕਦੇ ਸਵਾਦ ਨਹੀਂ ਨਾ ਪੈਦਾ ਹੁੰਦਾ ਕੋਈ ਮੁਸਲਮਾਨ ਕਰੇ। ਪਰ ਭਾਈ ਮਰਦਾਨੇ ਨੇ ਮੇਰੇ ਪਾਤਸ਼ਾਹ ਨੂੰ ਆਖਿਆ, ਉਹ ਗੁਰੂ ਨਾਨਕ ਸਾਹਿਬਾ, ਜੇ ਤੂੰ ਖੁਸ਼ ਹੈ, ਜੇ ਤੇਰੀ ਖੁਸ਼ੀ ਹੈ, ਮੈਂ ਤੇਰੀ ਖੁਸ਼ੀ ਲਈ ਮੰਦਰ ਵੀ ਜਾਵਾਂਗਾ, ਮੈਂ ਤੇਰੀ ਖੁਸ਼ੀ ਲਈ ਰਬਾਬ ਵੀ ਵਜਾਵਾਂਗਾ, ਮੈਂ ਤੇਰੀ ਖੁਸ਼ੀ ਲਈ ਆਰਤੀ ਵੀ ਕਰਾਂਗਾ, ਪਰ ਮੈਨੂੰ ਤੇਰੇ ਚਰਨਾਂ ਦਾ ਪਿਆਰ ਚਾਹੀਦਾ।
सतगुर गगन में ध्यान राम चंद दीप कबने का शब्द गा रहा। फिर बेनती करा मनिया जा सकता है भाई मरदाने ने इथे भी दृढ़ता रख ली हो, लेकिन इथे ना शरदा दे हर किसी का सिर झुक जाना चाहिए। भाई मरदाने के चरणों में चलो ये गल वेखने है, बाबा मक्के चला गया, मक्के जाके ओने मक्का ते उन मुसलमान की जिद जान है ना। मक्के जाके सतगुरां ने काबे वल चरण करने ते जदों काबे वल चरण कीते हैरानी दी गल, भाई मरदाने ने उलामा नहीं दिता, पातशाह जे अज मक्के नूं मैं नहीं पूजदा मेरे वडेरे तां पूजदे रहे ने, तू मेरे मक्के वल पैर क्यों कीते ने, तू मक्के ही वल नहीं तू काबे वल पैर क्यों कीते ने, ये गल मेरे कोलो बर्दाश्त नहीं होनी। लेकिन धन है मेरे सतगुरु दे प्यार वाला, कोई ना आके जगाउंदा है, कोई दूजा ते आके उलामा देंदा है, जीवन मारी लत नहीं केड़ा सुता कुबर कुफारी। पर भाई मरदाने दे कोल हुंदिया होया भी एक बारी भी ना धन गुरु नानक साहब नूं मक्के जाण तो रोकिया, ना ही उन्हें काबे वल चरण करन तो रोकिया। इको गल आखी, ओ सतगुरा मैं मक्के दी तुहीन भी सहारनागा, पर मैं तेरी खुशी जरूर लेनी है, मैं तेरे करना तुला भी नहीं हो सकता। अज दुख दी बात है, हर कोई प्रचारक अपने गुरु की गल वेचण से तुरिया होया है। मैं सिर्फ निक्किया निक्किया गल्लां तुहाडे नाल करनिया ने, फिर बेनती करा। खलील जिबरान ने एक बचन लिखिया सी बहुत प्यारा, कहन लगे जिहड़ी कौम बर्बाद करनी होवे उहदियां तीन चीजा कदे कोई बंदा अपने काबू च कर ले। पहली गल ਉਹਦਾ ਧਾਰਮਿਕ ਮੁਖੀਆ ਪਖੰਡੀ ਬਣਾ ਦਿੱਤਾ ਜਾਏ। ਅੱਜ ਥਾਂ ਥਾਂ ਤੇ ਕੁਛ ਹੋ ਰਿਹਾ ਹੈ। ਦੂਜੀ ਗੱਲ ਉਹਦਾ ਪ੍ਰਚਾਰਕ ਖਰੀਦ ਲਿਆ ਜਾਏ। ਅੱਜ ਜਾਣਦੇ ਬੁੱਝਦੇ ਹੋਏ ਪ੍ਰਚਾਰਕ, ਖਰੀਦੇ ਹੋਏ ਪ੍ਰਚਾਰਕ ਗੁਰੂ ਕੇ ਸਿਧਾਂਤਾਂ ਤੋਂ ਉਲਟ ਨੇ। ਤੀਜੀ ਗੱਲ, ਜਦੋਂ ਕਦੇ ਕਿਸੇ ਨੇ ਜੀਵਨ ਵਿੱਚ ਇਵੇਂ ਦੀ ਬਰਬਾਦੀ ਕਰਨੀ ਹੋਵੇ, ਤੀਜਾ ਇੱਕੋ ਇੱਕ ਸਾਧਨ ਹੈ, ਉਹਦਾ ਰਾਜਨੀਤਿਕ ਲੀਡਰ ਖਰੀਦ ਲਿਆ ਜਾਏ। ਅੱਜ ਰਾਜਨੀਤਿਕ ਲੀਡਰ ਸਾਡੀ ਕੌਮ ਦਾ ਨਹੀਂ, ਅੱਜ ਸਾਡਾ ਧਾਰਮਿਕ ਮੁਖੀਆ ਅੱਤ ਦਾ ਪਖੰਡੀ ਹੋ ਚੁੱਕਾ ਹੈ। ਕੌਣ ਹਰਿਮੰਦਰ ਸਾਹਿਬ ਦੀ ਬਾਤ ਕਰਦਾ ਹੈ, ਆਪਣੇ ਡੇਰੇ ਤੇ ਲਿਜਾਣ ਦੀਆਂ ਗੱਲਾਂ ਕਰਦੇ ਨੇ? ਕੌਣ ਪ੍ਰਚਾਰਕ ਹੈ ਜਿਹੜਾ ਭਾਈ ਮਰਦਾਨੇ ਵਾਂਗੂ ਸਿਰਕ ਰੱਖ ਕੇ ਪ੍ਰਚਾਰ ਕਰਦਾ ਹੋਵੇ? ਖੈਰ ਮੈਂ ਗੱਲ ਗਾਹ ਨਹੀਂ ਕਰਨੀ ਚਾਹੁੰਦਾ, ਹਜੇ ਥੋੜੀ ਜਿਹੀ ਹੋਰ। ਡਰੌਨੀ ਦੇ ਇਲਾਕੇ ਚ ਅੰਮ੍ਰਿਤ ਬਾਣੀ ਦਾ ਕੀਰਤਨ ਹੋ ਰਿਹਾ ਹੈ, ਸਵੇਰ ਦਾ ਵਕਤ ਹੈ, ਇਤਿਹਾਸ ਦੀ ਲਿਖਣੀ ਹੈ। 23 ਪੌੜੀਆਂ ਦਾ ਕੀਰਤਨ ਹੋਇਆ ਆਸਾ ਕੀ ਵਾਰ ਦਾ। ਜਦੋਂ 24ਵੀਂ ਪੌੜੀ ਦਾ ਕੀਰਤਨ ਹੋਣ ਲੱਗਿਆ, ਕੀਰਤਨ ਬੰਦ ਹੋ ਗਿਆ, 6ਵੇਂ ਪਾਤਸ਼ਾਹ ਵੀ ਕੋਲ ਬਿਰਾਜਮਾਨ ਨੇ, ਉਹਨਾਂ ਨੇ ਵੀ ਆਪਣਾ ਸੀਸ ਝੁਕਾ ਦਿੱਤਾ ਹੈ। ਕੀਰਤਨ ਬੰਦ ਹੋਇਆ ਤੇ ਸਾਰਿਆਂ ਦਾ ਧਿਆਨ ਚਲਾ ਗਿਆ, ਹਜੇ ਆਸਾ ਕੀ ਵਾਰ ਦੀ ਇੱਕ ਪੌੜੀ ਬਾਕੀ ਹੈ ਤੇ ਅੱਜ ਇੱਥੇ ਕਿਉਂ ਕੀਰਤਨ ਦੀ ਸਮਾਪਤੀ? ਨੇਤਰ ਖੁੱਲੇ ਤੇ ਦੋਵਾਂ ਗੁਰੂ ਕੇ ਪਿਆਰਿਆਂ ਨੂੰ, ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ, ਦੋਨਾਂ ਨੂੰ ਦੇਖਿਆ, ਦੋਨਾਂ ਦੇ ਨੇਤਰ ਬੰਦ ਨੇ, ਗਰਦਨਾਂ ਝੁਕੀਆਂ ਹੋਈਆਂ ਨੇ, ਸੀਸ ਝੁਕੇ ਹੋਏ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੀਸ ਝੁਕਿਆ ਹੋਇਆ ਹੈ। ਜਦੋਂ ਆਖਿਰਕਾਰ ਸਾਹਿਬਾਂ ਨੇ ਕੁਝ ਸਮੇਂ ਤੋਂ ਬਾਅਦ ਦੋਵੇਂ ਗੁਰੂ ਕੇ ਪਿਆਰਿਆਂ ਨੂੰ ਸੰਭਾਲਿਆ ਤੇ ਆਖਿਰ ਸੰਗਤਾਂ ਨੇ ਪੁੱਛਿਆ, ਪਾਤਸ਼ਾਹ
24वीं पौड़ी का कीर्तन क्यों नहीं होया? कहन लगे भरियो प्यार वालियो सत्ता ते बलवंत जी इन्हां दी जिंदगी का अंतम स्वाद सी जिथे आम लोगों नूं दुनियादारां नूं बहुत दुखदाई होंदी है उत्थे मेरे पातशाह धन गुरु नानक साहब लैण आए सने गुरु के कीर्तनिए ने ਉਹਨਾਂ ਦੀ ਜ਼ਿੰਦਗੀ ਦਾ ਅੰਤ ਮੇਰੇ ਸਾਹਿਬ ਦੀ ਗੋਦ ਵਿੱਚ ਹੋਇਆ। ਸਤਿਗੁਰੂ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਾਈ ਮਰਦਾਨੀਆ ਤੈਨੂੰ ਕੋਈ ਗਰੀਬ ਜਾਣ ਕੇ ਕੱਲ ਮੇਰੇ ਤੋਂ ਰੱਬ ਛੋੜ ਦੇਵੇ। ਸੱਤਾ ਬਲਵੰਡ ਜੀ ਦੁਨੀਆਦਾਰ ਹੋ ਸਕਦਾ ਤੈਨੂੰ ਉਹ ਅਦਬ ਨਾ ਦੇ ਸਕਣ, ਹੋ ਸਕਦਾ ਤੈਨੂੰ ਉਹ ਪਿਆਰ ਨਾ ਦੇ ਸਕਣ, ਪਰ ਤੈਨੂੰ ਮੇਰੇ ਨਾਲੋਂ ਕੋਈ ਨਖੇੜ ਨਾ ਸਕੇ। ਆ ਮੈਂ ਕੇਵਲ ਇਤਿਹਾਸ ਵਿੱਚ ਹੀ ਨਹੀਂ ਤੇਰੀ ਮੇਰੀ ਸਾਂਝ ਨੂੰ ਪੱਕਿਆ ਕਰਦੀ ਹਾਂ, ਮੈਂ ਇੱਕ ਤੇਰੇ ਨਾਲ ਸਾਂਝ ਪਾਉਣੀ ਚਾਹੁੰਦਾ। ਅੱਜ ਵੇਖਦੇ ਹੋ ਨਾ ਗੁਰੂ ਕੀ ਬਾਣੀ ਵਿੱਚ ਭਾਈ ਮਰਦਾਨੇ ਦਾ ਨਾਮ ਹੀ ਹੈ। ਜਦੋਂ ਕੋਈ ਗੁਰੂ ਨਾਨਕ ਸਾਹਿਬ ਦੀ ਗੱਲ ਕਰੇਗਾ ਉਹ ਭਾਈ ਮਰਦਾਨੇ ਨੂੰ ਵਿੱਚੋਂ ਨਹੀਂ ਕੱਢ ਸਕੇਗਾ। ਜਦੋਂ ਅੱਜ ਕਦੇ ਕੋਈ ਧੰਨ ਗੁਰੂ ਅਰਜਨ ਪਾਤਸ਼ਾਹ ਦੀ ਬਾਤ ਕਰੇਗਾ, ਯਾਦ ਰੱਖਿਓ ਜੀ ਉਹ ਸੱਤਾ ਤੇ ਬਲਵੰਡ ਜੀ ਨੂੰ ਗੁਰੂ ਕੀ ਬਾਣੀ ਵਿੱਚੋਂ ਨਹੀਂ ਕੱਢ ਸਕੇਗਾ। ਤੇਰਾ ਕੱਢ ਕੋਈ ਤਿਰਸਕਾਰ ਨਾ ਕਰੇ, ਤੇਰਾ ਅਦਬ ਕਰਨਾ ਸਿਖਾਉਂਦੇ ਆ, ਦੁਨੀਆਂ ਨੂੰ ਦੱਸਦੇ ਇੱਕ ਪ੍ਰਚਾਰਕ ਦੀ ਜ਼ਿੰਦਗੀ ਦਾ ਕੀ ਰੁਤਬਾ ਹੁੰਦਾ ਹੈ। ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੂੰ ਆਪਣੇ ਬਰਾਬਰ ਬਿਠਾ ਕੇ ਇਹ ਗੱਲ ਸਪਸ਼ਟ ਕਰ ਦਿੱਤੀ। ਬਦਕਿਸਮਤੀ ਹੈ ਸਾਡੀ ਕੌਮ ਦੀ, ਇੱਥੇ ਪ੍ਰਚਾਰਕ ਬਹੁਤੀ ਵਾਰੀ ਰੁੜਦਾ ਹੀ ਰਿਹਾ ਹੈ, ਬਹੁਤੀ ਵਾਰੀ ਰੁੜਦਾ ਹੀ ਰਿਹਾ ਹੈ, ਤਾਂਹੀਓ ਜਲਦੀ ਖਰੀਦੇ ਜਾਂਦੇ ਨੇ। ਇੱਕ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਦੋਹਰਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਤਾਂ ਕਿ ਸਾਨੂੰ ਪਤਾ ਲੱਗ ਜਾਵੇ। ਉਹਨਾਂ ਦਾ ਬਚਨ ਲਿਖਿਆ ਹੋਇਆ, ਝੂਠੀ ਉਹ ਹੈ ਪਰਾ ਕਰਮ, ਵਿਸਰੇ ਉਹ ਹੈ ਨੇਮ ਧਰਮ, ਹਿਆਇ ਤੇ ਕੋਈ ਸ਼ਰਮ, ਦੁੱਖ ਪਾਈ ਅੱਤ ਹੈ। ਕਹਿੰਦੇ ਮੇਰੀ ਕਿਰਤ ਕਾਲ ਛੁੱਟ ਗਈ ਸਾਰੀ, ਮੇਰੇ ਘਰ ਵਿੱਚ ਗਰੀਬੀ ਨੇ ਅੱਤ ਦਾ ਡੇਰਾ ਲਾ ਲਿਆ, ਤੇ ਮੈਂ ਹਾਲੇ ਵੀ ਆਪਣੇ ਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਲਿਖਣ ਵਿੱਚ ਲੱਗਿਆ ਹੋਇਆ। ਮੇਰੀ ਜ਼ਿੰਦਗੀ ਦੇ ਅੰਦਰ ਸਵਾਏ ਦੁੱਖਾਂ ਤੋਂ ਕੁਛ ਵੀ ਨਹੀਂ, ਰੋਜ਼ ਦਿਹਾੜੇ ਨਿੱਤ ਨਵਾਂ ਦੁੱਖ ਮੇਰੇ ਮੁਖਾਕਣ ਕਹਿੰਦਾ। ਮਿੱਤਰ ਹੂੰ ਛੁਪਾਏ ਨੈਣ, ਸੁਧੇ ਹੂਣਾ ਬੋਲੇ ਬੈਨ, ਮਨ ਮੇਰਾ ਧਰੇ ਜਾ ਕੇ ਨਿਕਲ ਜਾਈ ਅੱਤ ਹੈ। ਕਹਿੰਦੇ ਮਿੱਤਰਾਂ ਨੇ ਨੈਣ ਛੁਪਾ ਲਏ, ਕੋਈ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਦਾ, ਇਸ ਲਈ ਵੀ ਸਾਡੇ ਕੋਲੋਂ ਕਦੇ ਕੁਛ ਮੰਗ ਨਾ ਲਵੇ। ਕਵੀ ਸੰਤੋਖ ਸਿੰਘ ਜਿਹਨੇ ਗੁਰੂ ਕਾ ਇਤਿਹਾਸ ਲਿਖਿਆ, ਮਿੱਤਰ ਨੂੰ ਛੁਪਾਏ ਲੈਣ, ਸੁਧੇ ਨੂੰ ਨਾ ਬੋਲੇ ਬੈਨ, ਮਨ ਮੇਰਾ ਧਰੇ ਜਾ ਕੇ ਨਿਕਲ ਜਾਈ ਅੱਤ ਹੈ। ਕੋਈ ਮੈਨੂੰ ਆਪਣੇ ਕੋਲ ਬੈਠਣ ਨੂੰ ਵੀ ਨਹੀਂ ਕਹਿੰਦਾ, ਮੈਂ ਜਿਹਦੇ ਕੋਲ ਜਾਂਦਾ। ਘਰ ਕੇ ਰਸਾਨੇ ਸਭ ਆਪਣੇ ਭਏ ਬੇਗਾਨੇ, ਨਾਰੀ ਜੇਤ ਤਾਨੇ। ਕਹਿਣ ਲੱਗੇ ਮੇਰੇ ਆਪਣੇ ਵੀ ਬੇਗਾਨੇ ਹੋ ਗਏ, ਹਰ ਕੋਈ ਬੰਦਾ ਮੈਨੂੰ ਤਾਨੇ ਮਾਰਦਾ, ਮੇਰੀ ਘਰਵਾਲੀ ਮੈਨੂੰ ਤਾਨੇ ਮਾਰਦੀ ਹੈ। ਘਰ ਕੇ ਰਸਾਨੇ ਸਭੇ ਆਪਣੇ ਭਏ ਬੇਗਾਨੇ, ਨਾਰੀ ਦੇਤ ਤਾਨੇ, ਨਿਤ ਸੁਣ ਸਿਰ ਨਾਈ ਅੱਤ ਹੈ। ਕਹਿੰਦੇ ਮੈਂ ਰੋਜ਼ ਸੁਣ ਕੇ ਆਪਣਾ ਸਿਰ ਨਵਾ ਦਿੰਦਾ, ਹੋਰ ਕੁਛ ਵੀ ਨਹੀਂ ਮੇਰੇ ਕੋਲ। ਹੱਦ ਲਾਤੀ ਜਦੋਂ ਆਖਰੀ ਪਲ ਉਹਨਾਂ ਦੀ ਭਗਤੀ ਪੜ੍ਹਨੇ ਹੈ, ਕਰਸਦਾ ਰਹੇ ਸੀ ਐਸੇ ਵਿਦਵਾਨਾਂ ਪੁਰਸ਼ਾਂ ਦੇ। ਉਹਨਾਂ ਬੱਚੇ ਲਿਖੇ ਆਖਰੀ, ਕਹਿਣ ਲੱਗੇ ਦੁਆਰੇ ਪਰ ਕਰਸਦਾਰ, ਠਾਨੇ ਮੁੱਖ ਦੇਤ ਕਾਰ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈ ਅੱਤ ਹੈ। ਕਹਿਣ ਲੱਗੇ ਮੈਂ ਬਿਨਾਂ ਰੋਜ਼ਗਾਰ ਤੋਂ ਜਿਹੜਾ ਵੀ ਕਰਜ਼ਦਾਰ ਹੁੰਦਾ ਮੇਰੇ ਬੂਹੇ ਤੇ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈ ਅੱਤ ਹੈ। ਕਹਿੰਦੇ ਮੇਰੇ ਘਰ ਚ ਖਾਣ ਨੂੰ ਰੋਟੀ ਵੀ ਨਹੀਂ, ਮੈਂ ਬਿਨਾਂ ਰੋਜ਼ਗਾਰ ਤੋਂ ਰੋਜ਼ ਲੋਕਾਂ ਦੀਆਂ ਗਾਲਾਂ ਖਾ ਕੇ
गुजारा करना है, मेरे द्वारे ते कर्जदार खलोते ने, मेरी घरवाली मेनू सिद्धे मूंह नहीं बोलदी, मेरे अपने ने मूंह छुपाले ने, मेरे अपने बेगाने हो गए ने, पर उस साइया में तेरे दर तो अज भी कुछ नहीं मंगना, मैं अज भी तेरे दर तो इको ही चीज मंगना है, ओ केड़ी मेरी कलम ना रुके, मैं तेरा दर्श लिख लवां। सिर्फ आखिरी गल कह के समाप्ति करदे आं, वक्त तो चले। ऐसे कवि संतोख सिंह दे कोल एक विद्वान पंडित आया, आके कहन लग्या राजे दे कोल, राजा उदय सिंह दे कोल सी हुण इस वेले कवि संतोख सिंह, उन्हें एक गल कही, कह लगे राजन मैं तेरे राज कवि दे नाल चर्चा करनी चाहुंदा। उन्हें आखिया सत वचन सूरज प्रकाश की पहली पोथी विच गाथा लिखी हुई किते वक्त मिले। कह लगे सत वचन कवि संतोख सिंह आए ने रात नूं आके उस पंडित कोल अपने अलग नाल बैठ के सादा माणा पाया। ओने कोल बैठ के एक गल कहन लगे भरिया पुरखा तुसी आए हो जी आया नू पर तुहाडे हाल कुड़िए तो तुहाडे बचना तो लगदा भी तुसी बहुत विद्वान हो, जिवें इक दास ने तुहाडे लगदा। आपां चर्चा कदे नहीं करनी है, गल जित हारदी है ना, तुसी जित गए मैं हार गया। ਆ ਲਵੋ ਇੱਕ ਦੁਸ਼ਾਨਾ ਤੇ ਇਹ 25 ਦਵੜੇ ਨੇ ਤੁਹਾਡੇ ਸਤਿਕਾਰ ਲਈ। ਸਵੇਰੇ ਚਰਚਾ ਕਰਨ ਤੋਂ ਬਿਨਾਂ ਇਵੇਂ ਹੀ ਤੁਸੀਂ ਚਲੇ ਜਾਇਓ, ਮੈਂ ਚਾਹੁੰਦਾ ਆਪਾਂ ਚਰਚਾ ਨਾ ਕਰੀਏ। ਉਹਨਾਂ ਬੱਚੇ ਰੱਖੇ ਕਹਿਣ ਲੱਗੇ ਠੀਕ ਹੈ। ਪਰ ਦੂਜੇ ਦਿਨ ਉਹਨੇ ਰਾਜੇ ਕੋਲ ਸ਼ਿਕਾਇਤ ਕੀਤੀ। ਜਦੋਂ ਵਕਤ ਹੋਇਆ ਤਿਆਰ ਹੋ ਕੇ ਚਲਾ ਗਿਆ, ਰਾਜੇ ਨੂੰ ਕਹਿਣ ਲੱਗਿਆ ਵੀ ਤੇਰੇ ਵਿਦਵਾਨ ਨੇ ਨਹੀਂ ਜੇ ਆਉਣਾ, ਕਵੀ ਸੰਤੋਖ ਸਿੰਘ ਨੇ ਦਰਬਾਰ ਚ ਅੱਜ ਨਹੀਂ ਜੇ ਆਉਣਾ। ਉਹਨੇ ਪੁੱਛਿਆ ਕਿਉਂ? ਕਹਿਣ ਲੱਗੇ ਉਹਨੇ ਰਾਤ ਦੀ ਮੇਰੇ ਕੋਲ ਹਾਰ ਮੰਨ ਗਿਆ ਹੈ, ਮੇਰੇ ਕੋਲ ਬੋਝ ਲੈਣ ਦੀ ਉਹਦੇ ਕੋਲ ਤਾਕਤ ਨਹੀਂ, ਉਹਦੇ ਕੋਲ ਸਮਰੱਥਾ ਨਹੀਂ ਹੈ। ਕਹਿਣ ਲੱਗੇ ਅੱਛਾ, ਕਹਿਣ ਲੱਗੇ ਚੰਗਾ, ਮੈਂ ਬੁਲਾ ਕੇ ਪੁੱਛਣਾ ਹੈ। ਉਹਨੇ ਕਵੀ ਸੰਤੋਖ ਸਿੰਘ ਨੂੰ ਬੁਲਾਇਆ, ਪੁੱਛਿਆ। ਕਵੀ ਸੰਤੋਖ ਸਿੰਘ ਨੇ ਹੱਥ ਜੋੜੇ, ਕਹਿਣ ਲੱਗੇ ਚਰਚਾ ਹੋਈ, ਕਵੀ ਸੰਤੋਖ ਸਿੰਘ ਜਿੱਤ ਗਏ। ਆਖਰ ਉਹ ਪੰਡਿਤ ਨੇ ਇੱਕ ਗੱਲ ਪੁੱਛੀ, ਕਹਿਣ ਲੱਗੇ ਜਦੋਂ ਤੂੰ ਏਡਾ ਹੱਦ ਤੱਕ ਜਿਹੜਾ ਵਿਦਵਾਨ ਹੈ, ਫਿਰ ਤੂੰ ਰਾਤ ਕਿਉਂ ਮੇਰੇ ਕੋਲ ਆਇਆ ਸੀ? ਤੈਨੂੰ ਪਤਾ ਸੀ ਤੂੰ ਰਾਤ ਮੇਰੇ ਕੋਲ ਕਿਉਂ ਆਇਆ ਸੀ? ਉਹਨੇ ਹੱਥ ਜੋੜੇ, ਕਹਿਣ ਲੱਗੇ ਉਹ ਮੇਰਾ ਜਿਹੜਾ ਸਤਿਗੁਰੂ ਹੈ, ਉਹ ਹੈ ਪਾਤਸ਼ਾਹ, ਉਹ ਕਿਸੇ ਵੀ ਪੱਤ ਨਹੀਂ ਲਾਉਂਦਾ, ਉਹ ਕਿਸੇ ਦੀ ਇੱਜ਼ਤ ਨਹੀਂ ਖੁਆਰ ਕਰਦਾ, ਮੈਂ ਉਸ ਗੁਰੂ ਦਾ ਸੇਵਕ ਹੈ ਜਿਹੜਾ ਕਿਸੇ ਦੀ ਪੱਤ ਰੱਖਣੀ ਜਾਣਦਾ, ਖੁਆਰ ਕਰਨੀ ਨਹੀਂ ਜਾਣਦਾ। ਮੈਨੂੰ ਪਤਾ ਸੀ ਤੇਰੇ ਕੋਲ ਢਾਈ ਅੱਖਰ ਵੀ ਨਹੀਂ ਹੈ, ਤੇ ਮੈਂ ਚਾਹੁੰਦਾ ਸੀ ਅੱਜ ਭਰੇ ਦਰਬਾਰ 'ਚ ਤੇਰੀ ਪੱਤ ਨਾ ਨੱਥੇ, ਤੂੰ ਅੱਜ ਹੀ ਢੱਕਿਆ ਹੋਇਆ ਚਲਾ ਜਾਵੇ, ਪਰ ਤੂੰ ਆਪਣੀ ਪੱਤ ਆਪ ਲਾਉਣ ਲਈ ਤਿਆਰ ਹੋ ਗਿਆ। ਮੈਂ ਆਪਣੇ ਗੁਰੂ ਕੋਲ ਰੋ ਰੋ ਕੇ ਬੇਨਤੀਆਂ ਕੀਤੀਆਂ, ਪਾਤਸ਼ਾਹ ਹੁਣ ਮੇਰੇ ਬਖਸ਼ ਦੀ ਬਾਤ ਨਹੀਂ, ਮੈਨੂੰ ਜਾਣਾ ਪਵੇਗਾ। ਚਲੇ ਗਏ ਤੇ ਅੱਜ ਇਹ ਚਰਚਾ ਦੇ ਵਿੱਚ ਜਿਹੜਾ ਤੈਨੂੰ ਰਾਤ ਸ਼ਾਨਾ ਤੇ 25 ਦਵੜੇ ਦਿੱਤੇ ਸਨ, ਉਹ ਮੇਰੇ ਗੁਰੂ ਨਾਲ ਸਦਾ ਤੁਸੀਂ ਤੂੰ ਪੱਤ ਨਹੀਂ ਲਾਉਣੀ ਆਪਣੀ ਵਿਦਿਆ ਦੇ ਨਾਲ। ਸਿਰਫ ਇੱਕ ਦੋ ਤਿੰਨ ਮਿੰਟ ਮੇਰੇ ਬਾਕੀ ਨੇ, ਮੈਂ ਬੇਨਤੀ ਕਰਦੀ ਹਾਂ। ਜਦੋਂ ਬਹਾਦਰ ਸ਼ਾਹ ਨੂੰ ਬੁਲਾਇਆ, ਭਾਈ ਨੰਦ ਰਾਮ ਜੀ ਮਿਲੇ ਨੇ ਤੇ ਉਹਨਾਂ ਨੇ ਇੱਕ ਗੱਲ ਕੀਤੀ, ਸਾਦਾ ਜਿਹਾ ਚੋਲਾ ਵੇਖ ਕੇ, ਸਾਦੀ ਦੀ ਜ਼ਿੰਦਗੀ ਵੇਖ ਕੇ। ਹੁਣ ਇੱਕ ਸਵਾਲ ਕਰਦੇ ਨੇ ਬਹਾਦਰ ਸ਼ਾਹ, ਕਹਿਣ ਲੱਗੇ ਭਾਈ ਨੰਦ ਰਾਮ ਜੀ ਤੈਨੂੰ ਕਦੇ ਸ਼ਾਹੀ ਪੁਸ਼ਾਕਾਂ ਚੇਤੇ ਨਹੀਂ ਆਈਆਂ? ਕਹਿੰਦੇ ਨਹੀਂ। ਤੈਨੂੰ ਕਦੇ ਉਹ ਸ਼ਾਹੀ ਖਾਣੇ ਚੇਤੇ ਨਹੀਂ ਆਏ? ਕਹਿੰਦੇ ਨਹੀਂ। ਤੈਨੂੰ ਕਦੇ ਉਹ ਉੱਚ ਦਰਜੇ ਦੀਆਂ ਬੈਠਕਾਂ ਚੰਗੇ ਯੋਗਾਂ ਵਿੱਚ ਵੇਖਣਾ, ਸ਼ਾਹੀ ਕੁਰਸੀਆਂ ਤੇ ਵੇਖਣਾ ਤੈਨੂੰ ਕੁਝ ਵੀ ਚੇਤੇ ਨਹੀਂ ਆਇਆ? ਕਹਿੰਦੇ ਨਹੀਂ।
ਕਹਿੰਦੇ ਫਿਰ ਮੇਰਾ ਅਗਲਾ ਸਵਾਲ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐਸਾ ਤੈਨੂੰ ਕੀ ਦੇ ਦਿੱਤਾ ਜਿਹਦੇ ਕਰਕੇ ਤੈਨੂੰ ਸਭ ਕੁਝ ਭੁੱਲ ਗਿਆ। ਭਾਈ ਨਦਰਾ ਜੀ ਨੇ ਗੱਲ ਕਹੀ ਸੀ ਕੀਮਤੀ ਏਡਾ ਵਿਦਵਾਨ ਹੋ ਕੇ ਵੀ ਕਹਿੰਦੇ ਉਹ ਭਲਿਆ ਪੁਰਖਾ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੇ ਦਰ ਦਾ ਕੁੱਕਰ ਬਣਾ ਲਿਆ ਮੈਨੂੰ ਆਪਣੇ ਦਰ ਦਾ ਕੁੱਤਾ ਬਣਾ ਲਿਆ ਮੈਨੂੰ ਉਹ ਦਰਜਾ ਮੇਰੇ ਗੁਰੂ ਦੇ ਦਰ ਤੋਂ ਮਿਲਿਆ। ਕਹਿਣ ਲੱਗੇ ਕੁੱਕਰ ਬਣਾ ਲੈਣਾ ਕੋਈ ਕਿੱਡਾ ਸਤਿਕਾਰਯੋਗ ਸ਼ਬਦ ਹੈ। ਮਾਨ ਨਾਲ ਲਿਖਣਾ ਲਾਲ ਸਾਧ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਮੈਂ ਆਪਣੇ ਸਤਿਗੁਰੂ ਦੇ ਦਰ ਦਾ ਦਾਗਿਆ ਹੋਇਆ ਕੁੱਤਾ ਹੈ। ਕਹਿਣ ਲੱਗੇ ਸੁਣ ਕਰ ਧਿਆਨ ਨਾਲ ਤੇਰੇ ਪਿਓ ਦਾ ਦਰਬਾਰ ਸੀ ਤੁਹਾਡੀ ਕੁਰਾਨ ਮਜੀਦ ਸੀ ਮੇਰਾ ਕੁਛ ਵੀ ਨਹੀਂ। ਤੁਹਾਡਾ ਦਰਬਾਰ ਹੋਵੇ ਤੁਹਾਡਾ ਹੀ ਕੁਰਾਨ ਮਜੀਦ ਹੋਵੇ ਉਹਦੇ ਅਰਥ ਕੋਈ ਗਲਤ ਕਰਦਾ ਹੋਵੇ ਤੁਹਾਡੇ ਦਰਬਾਰ ਵਿੱਚ ਮੈਂ ਤੁਹਾਡੇ ਧਾਰਮਿਕ ਗ੍ਰੰਥ ਦੇ ਅਰਥ ਠੀਕ ਕੀਤੇ ਹੋਣ ਤੇ ਮੈਨੂੰ ਮੌਤ ਮਿਲੀ ਪਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਮੈਂ ਕਿਤਾਬ ਲਿਖ ਕੇ ਭੇਟਾ ਕੀਤੀ ਹੈ ਔਰ ਉਹ ਇੱਕ ਲਫ਼ਜ਼ ਨਹੀਂ ਪੂਰੀ ਕਿਤਾਬ ਲਿਖ ਕੇ ਭੇਟਾ ਕੀਤੀ ਹੈ। ਮੇਰੇ ਗੁਰੂ ਨੇ ਉਸ ਕਿਤਾਬ ਦਾ ਨਾਂ ਹੀ ਬਦਲ ਕੇ ਬੰਦਗੀ ਨਾਮੇ ਤੋਂ ਜ਼ਿੰਦਗੀ ਨਾਮਾ ਕਰ ਦਿੱਤਾ ਔਰ ਮੈਨੂੰ ਸਦਾ ਆਪਣੇ ਚਰਨਾਂ ਵਿੱਚ ਜੋੜ ਕੇ ਜੋ ਇੱਕ ਵਿਦਵਤਾ ਦੇ ਧਨੀ ਦਾ ਸਤਿਕਾਰ ਹੋਣਾ ਚਾਹੀਦਾ ਮੈਨੂੰ ਉਹ ਸਤਿਕਾਰ ਦਿੰਦਾ ਹੈ ਜਿਹਨੂੰ ਲੋਕਾਂ ਦੇ ਡਰ ਤੋਂ ਮੌਤ ਮਿਲਦੀ ਹੋਵੇ। ਯਾਦ ਰੱਖੋ ਮੈਂ ਫਿਰ ਬੇਨਤੀ ਕਰਦੀ ਹਾਂ ਗੱਲ ਸਮਾਪਤ ਕਰਨ ਲੱਗਾ ਭਾਈ ਦਾਦੇ ਨੂੰ ਲੋਕ ਕਹਿੰਦੇ ਸਨ ਤੈਨੂੰ ਮੌਤ ਮਿਲਦੀ ਹੈ ਉਹ ਗੁਰੂ ਕੇ ਸ਼ਬਦ ਦਾ ਇੱਥੇ ਪ੍ਰਚਾਰਕ ਬਣ ਗਿਆ ਉਹ ਭਾਈ ਮਰਦਾਨਾ ਬਣ ਗਿਆ ਉਹਦੀ ਕਦੇ ਮੌਤ ਨਹੀਂ ਆ ਸਕਦੀ ਉਹ ਰੱਬੀ ਬਾਣੀ ਵਿੱਚ ਅਮਰ ਹੈ। ਗੁਰੂ ਕਾ ਪ੍ਰਚਾਰਕ ਪਹਿਲਾ ਭਾਈ ਦਾਨਾ ਉਹ ਭਾਈ ਮਰਦਾਨਾ ਬਣ ਗਿਆ ਗੁਰੂ ਕਾ ਪ੍ਰਚਾਰਕ ਆਖਰੀ ਗੁਰੂ ਵੇਲੇ ਦਾ ਉਹ ਨੰਦ ਲਾਲ ਜਿਹੜਾ ਬਹਾਦਰ ਸ਼ਾਹ ਦਾ ਉਸਤਾਦ ਹੈ ਔਰੰਗਜ਼ੇਬ ਦੇ ਦਰ ਤੋਂ ਮੌਤ ਲੈ ਕੇ ਭੱਜਿਆ ਗੁਰੂ ਦੇ ਦਰ ਤੋਂ ਜ਼ਿੰਦਗੀ ਲਈ ਬੈਠਾ ਹੈ। ਬਸ ਇਤਨੀ ਅਰਜ਼ ਕਰਾਂ ਸ਼ੁਕਰ ਹੈ ਰੱਬ ਦਾ ਸਾਡੀ ਕੌਮ ਆਪਣੇ ਪ੍ਰਚਾਰਕਾਂ ਨੂੰ ਸੰਭਾਲਣ ਲੱਗੀ ਹੈ ਨਹੀਂ ਤਾਂ ਰੋਹੀ ਦੇ ਫੁੱਲ ਸਨ ਆਪੇ ਹੀ ਖਿੜਦੇ ਸਨ ਆਪੇ ਹੀ ਖੇੜੇ ਵਿੱਚ ਆਉਂਦੇ ਸਨ ਆਪੇ ਹੀ ਮੁਰਝਾ ਕੇ ਤੇ ਆਪੇ ਹੀ ਚਲੇ ਜਾਂਦੇ ਸਨ। ਕਿੰਨੇ ਦੁੱਖ ਦੀ ਬਾਤ ਹੈ ਕਿਸੇ ਇੱਕ ਬੀਬੀ ਦੇ ਕਹਿਣ ਉੱਤੇ ਟੋਰਾਂਟੋ ਦੇ ਵਿੱਚ ਇੱਕ ਗੁਰੂ ਕਾ ਕੀਰਤਨੀਆ ਸਿਰਫ ਉਹਨੇ ਐਪਲ ਜੂਸ ਪੀਤਾ ਜਹਾਜ਼ ਵਿੱਚ ਬੀਬੀ ਨੇ ਰੌਲਾ ਪਾ ਦਿੱਤਾ ਮੈਂ ਵੇਖਿਆ ਸ਼ਰਾਬ ਪੀਂਦਾ ਆਇਆ ਇੰਨੀ ਗੱਲ ਕਹਿਣ ਉੱਤੇ ਪ੍ਰਬੰਧਕਾਂ ਨੇ ਤੁਹੀਨ ਕੀਤੀ ਉਹਨੇ ਆਪਣੀ ਤੁਹੀਨ ਨਾ ਸਹਾਰਦਿਆਂ ਹੋਇਆ ਇੱਜ਼ਤਦਾਰ ਲੋਕਾਂ ਵਿੱਚੋਂ ਸਨ ਮੌਤ ਦੇ ਮੂੰਹ ਚਲਾ ਗਿਆ। ਅੱਜ ਉਹ ਬੀਬੀ ਕਮਲੀ ਹੋਈ ਦਾਦਾ ਤੇ ਠੁਕਰ ਖਾ ਰਹੀ ਹੈ ਮੈਂ ਇੰਨੀ ਵੱਡੀ ਗਲਤੀ ਕਿਉਂ ਕੀਤੀ ਸਾਡੀ ਤਾਂ ਜ਼ਿੰਦਗੀ ਅਜਿਹੀ ਹੈ ਪਿਆਰਿਓ ਘਰ ਹੁੰਦਿਆਂ ਹੋਇਆਂ ਵੀ ਬਗਾਨੇ ਬੁਰੀਆਂ ਤੇ ਰਹਿਣਾ ਹੈ ਸੁੱਖ ਹੁੰਦਿਆਂ ਹੋਇਆਂ ਵੀ ਦੁੱਖ ਭੋਗਣੇ ਨੇ ਪਰਿਵਾਰ ਹੁੰਦਿਆਂ ਹੋਇਆਂ ਵੀ ਵਿਛੜੇ ਰਹਿਣਾ ਹੈ ਆਪਣੇ ਬੱਚਿਆਂ ਦੇ ਹੁੰਦਿਆਂ ਹੋਇਆਂ ਵੀ ਦੁਨੀਆਂ ਦੇ ਦਰ ਤੇ ਰੋਣਾ ਹੈ। ਇੱਕੋ ਹੀ ਬੇਨਤੀ ਕਰਦੀ ਹੈ ਪ੍ਰਚਾਰਕ ਦੀ ਜ਼ਿੰਦਗੀ ਉਹ ਹੈ ਜਿਹੜਾ ਠੋਕਰ ਖਾ ਕੇ ਪੜਦਾ ਤੇ ਅੱਥਰੂਆਂ ਦਾ ਪਾਣੀ ਪੀ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ। ਪ੍ਰਚਾਰਕ ਦੀ ਜ਼ਿੰਦਗੀ ਕੋਈ ਸੌਖੀ ਨਹੀਂ ਹੈ ਇਹਨੂੰ ਗੱਲ ਆਵੋ ਇਹਨੂੰ ਅਨਾਥ ਨਾ ਰਹਿਣ ਦਿਓ। ਖੁਸ਼ੀ ਅੱਜ ਸਾਡੀ ਕੌਮ ਨੇ ਆਪਣੇ ਪ੍ਰਚਾਰਕਾਂ ਨੂੰ ਸੰਭਾਲਿਆ ਨਹੀਂ ਤੇ ਅੱਜ ਤੱਕ ਨਕਲੀਆਂ ਪਖੰਡੀਆਂ ਮਗਰੀ ਤੁਰਦੇ ਰਹੇ। ਗੁਰੂ ਕਿਰਪਾ ਕਰੇ ਇਹਨਾਂ ਨੂੰ ਸਮਰੱਥਾ ਬਖਸ਼ੇ ਉਹਨਾਂ ਦੀ ਕਿਰਪਾ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹੋਏ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੁੜਿਆ ਹੈ ਥੋੜੇ ਸਮੇਂ ਵਾਸਤੇ ਗੁਰੂ ਘਰ ਦੀ ਕੀਰਤਨੀਏ ਭਾਈ ਵਿਵੇਕ ਸਿੰਘ ਜੀ ਫੋਲ ਜਿਹੜਾ ਸਮਾਂ
ਤਾਂ ਤਕਰੀਬਨ ਅੱਧਾ ਘੰਟਾ ਸੀ, ਪਰ ਜਿਉਂ ਜਿਉਂ ਸਵੇਰ ਤੋਂ ਹੀ ਸਮਾਂ ਲੇਟ ਹੁੰਦਾ ਜਾ ਰਿਹਾ ਹੈ Yeah.
धनवंत नाम के बन जाए धनवंत नाम के बन जाए धनवंत नाम के बन जाए धनवंत नाम के धनवंत नाम के बन
नाम नाल चार शब्द जुड़े ने उन्होंने चौह की विचार करके मैं समाप्ति करांगा। समय एक कि गुरु 10 मिनट घट भी हो सकता है। उन्होंने गुरसिखा के नाम अगे पहला शब्द जुड़िया ज्ञानी। वाकई वो मस्कीन जी ज्ञानी सी। गुरसिखा के कोल ज्ञान सी, ज्ञान अथाह सी, बाणी का सी, इतिहास का सी, संसार का सी। इस करके उन्होंने नाम नाल एक शब्द जोड़ सकते हैं, वो ज्ञान के सागर सन, ज्ञानी सी। दूजी परिभाषा ज्ञानी की जो गुरु ग्रंथ साहब जी की बाणी के अंदर आई है वह भी उन्होंने ढुकती सी। भय काहू को देत नै भय मानत आन, कहो नानक सुन रे मना ज्ञानी ताही बखान। ओ गुरबाणी का ज्ञान अपने जीवन काल के दिन दे गए। एहो जे ज्ञानी सन जदों उन्होंने जीवन में पढ़ते हाँ तो कभी आप जी ने उन्होंने जीवन में पढ़ना। सत्संग जी वैसे सानू जिहड़े सी प्रचार कंकना गुरु घर के कीर्तनिए कथावाचक ढाडी जां कविशर उन्होंने हर हालत मस्कीन जी की जीवनी पढ़नी चाहती है और जीवनी भी उन्होंने आप अपनी दिखाई है। जीवन के अंदर मुश्किलात किनिया, ज्ञानी के जीवन के अंदर केड़िया मुश्किलात केड़े बंधन आते ने उन्होंने सारा जिक्र किया। उन्होंने कोल ज्ञान से धन गुरु ग्रंथ साहब जी की बाणी का और हर एक गुरसिख अज के अंदर अजिहा कोई भी नहीं होगा जिहड़ा यह ना कहता हो मैं मस्कीन जी की कथा कभी सुनी ना हो। संसार के हर गुरु घर अंदर जाके गुरबाणी का ज्ञान वंडते रहे। दूजा उन्होंने शब्द नाल जिहड़ा जुड़िया नाम नाल उह सी संत। संत कौन है? आप जपें अवर नाम जपावे, जपते सी जपाते सी जुड़े सन गुरु नाल जोड़ते सन। सिख धर्म के बारे ज्ञान सी, सिख धर्म के बारे ज्ञान देते सन। संत की यही परिभाषा कह सकते हैं, वह ज्ञानी सन, वह संत सन। तीसरा उन्होंने नाम का जिहड़ा शब्द जुड़िया वह है सिंह। सिंह की परिभाषा आप सिखा सिख नूं सिंह कहते हैं। सिख सिंह सिंह की की परिभाषा? जागत जोत जपै निस बस्त्र एक बिना मन, नैक न आनै पूर्ण प्रेम प्रतीत सजै व्रत, गोर मड़ी मट भूल न मानै तीर्थ दान दया तप संयम, एक बिना मैं एक पछानै पूर्ण जोत जगै घट मैं तब खास ताही निखास जानै। वाकई वह सिंह सन। सिंह की गर्जना उन्होंने कोल सी, हर थान से जाके वह गरजे, हर थान से उन्होंने गरज के गुरबाणी की आवाज को बुलंद किया। समय दियां परिस्थितियां समय के हालातों को कभी घबराए नहीं और एक सिंह के वांगू संसार के अंदर विकरते रहे बुकते रहे। चौथा उन्होंने नाम जिहड़ा शब्द जिहड़ा वह है मस्कीन। लास्ट शब्द वह ज्ञानी सन, वह संत संघ सन, वह सिंह सन। जरूरी नहीं संत सिंह हो गए और सब जन ये जरूरी नहीं कि सिंह भी संत हो, लेकिन उन्होंने नाम के जेडे शब्द सन वह हर एक उन्होंने ढुकदा सी। वह ज्ञानी सन, वह संत सन, वह सिंह सन। लास्ट शब्द है मस्कीन, निम्रता, गरीबी। वह सुभा के मस्कीन सन जेडे शब्द ना सुखी बसै मस्कीनिया आप निवार तले, बड़े बड़े अहंकारिया नानक गर्व करे। इतने अनेक गुरमुखारी गुरु घर के कीर्तन बैठे ने जेड़े उन्होंने इस निम्रता के गरीबी सुभाव नेड़े होके जानते सन। कोई भी आ जाए हर एक का भला करना और कभी भी अपने आप को जनाना नहीं, हमेशा यह जानना कि मैं गुरु नानक के दर का कुकर हाँ। जरूरी नहीं कि दुनिया की दौत लैके बंदा अमीर हो जाता। गुरसिखो गरीबी गुण है, गरीबी सुभाव है, गरीबी निम्रता है। जितना चिर यह गरीबी सुभाव ना हो दूजे का भला, दूजे की सेवा, दूजे का सत्कार बंदा कभी भी नहीं कर सकता। मस्कीन जी के जीवन में पढ़ के देखियो ये चार ही गुण उन्होंने ढुकते सन। सतगुरु गुरु ग्रंथ साहब जी की बाणी के इसे करके ये पावन वचन आए हैं। गुरसिखा मन हर प्रीत है गुर पूजन आवे। क्यों गुरसिखा के मन अंदर प्यार है? क्योंकि वह गुरु की पूजा गुरु की सेवा करते हैं। हर नाम बनन गया रंग स्यों लाहा, हर नाम लै जावे परमात्मा के नाम का वर्द करते सन। लाभ खट के भी परमात्मा के नाम का लैके जाते और लैके गए ने। अगला शब्द आता है गुरसिखा के मुख उजले हर दर गए भावें,
ਗੁਰਸਿੱਖਾਂ ਦੇ ਉੱਜਲ ਮੁਖ ਪਰਮਾਤਮਾ ਦੇ ਦਰਬਾਰ ਦੇ ਅੰਦਰ ਔਰ ਉੱਥੇ ਉਹ ਸੁਭਾਈਮਾਨ ਨੇ ਗੁਰ ਸਤਿਗੁਰ ਬੋਹਰ ਹਰ ਨਾਮ ਕਾ ਗੁਰੂ ਹੈ ਬੋਹਰ ਪਰਮਾਤਮਾ ਦੇ ਨਾਮ ਦਾ ਗੁਰਸਿੱਖ ਇਸ ਬੋਹੜ ਦੇ ਵਿੱਚ ਸਾਂਝੀਵਾਲ ਹੁੰਦੇ ਨੇ ਗੁਰੂ ਦੇ ਨਾਮ ਦਾ ਬੋਹੜ ਸੰਗਤਾਂ ਨੂੰ ਵਰਤਾਉਂਦੇ ਤੇ ਸੰਗਤਾਂ ਵਿੱਚ ਵੰਡਦੇ ਨੇ ਅਗਲੇ ਪਾਵਨ ਬਚਨ ਨੇ ਤਿੰਨਾਂ ਗੁਰਸਿੱਖਾਂ ਕੋ ਹੋਂ ਬਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਮੈਂ ਉਹਨਾਂ ਗੁਰਸਿੱਖਾਂ ਤੋਂ ਸਦ ਕੇ ਜਾਂਦਾ ਹਾਂ ਜੋ ਉੱਠਦੇ ਬੈਠਦੇ ਵਾਹਿਗੁਰੂ ਦੇ ਪਰਮਾਤਮਾ ਦੇ ਨਾਮ ਨੂੰ ਜਪਦੇ ਧਿਆਉਂਦੇ ਤੇ ਸਿਮਰਦੇ ਸਨ ਇਹ ਜਿੰਨੇ ਵੀ ਮੈਂ ਸ਼ਬਦ ਕਹੇ ਨੇ ਮਸਕੀਨ ਜੀ ਦੇ ਜੀਵਨ ਦੇ ਉੱਪਰ ਢੁਕਦੇ ਸਨ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ ਅੱਜ ਆਪਾਂ ਉਹਨਾਂ ਦੀ ਦੂਸਰੀ ਯਾਦ ਮਨਾ ਰਹੇ ਹਾਂ ਸਮੂਹ ਸਿੱਖਾਂ ਦਾ ਪ੍ਰਬੰਧਕਾਂ ਦਾ ਭਾਈ ਸਰਜੀਤ ਸਿੰਘ ਜੀ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਹਿਬ ਸੁਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥੇ ਪ੍ਰਸਿੱਧ ਵਿਦਵਾਨ ਗਿਆਨੀ ਜਸਵੀਰ ਸਿੰਘ ਜੀ ਜਿਹਨਾਂ ਨੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਧੰਨਵਾਦ ਹੈ ਜਿਹਨਾਂ ਨੇ ਸਮੇਂ ਦੇ ਅੰਦਰ ਸਮਾਪਤੀ ਕੀਤੀ ਹੈ ਆਪ ਹੁਣ ਯਾਨੀ ਆਪਣਾ ਸਰੂਪਾ ਪ੍ਰਾਪਤ ਕਰ ਲੈਣ ਜੀ ਗੁਰੂ ਪਿਆਰੇ ਸਾਹਿਬ ਸਿੰਘ ਜੀ ਆਉਣ ਵਾਲੀ 17 ਤਰੀਕ ਨੂੰ ਕਨੇਡੀਅਨ ਗੁਰਦੁਆਰਾ ਸਿੰਘ ਸਭਾ ਵਿਖੇ ਆਉਣ ਵਾਲੀ 17 ਤਰੀਕ ਨੂੰ ਕਨੇਡੀਅਨ ਗੁਰਦੁਆਰਾ ਸਿੰਘ ਸਭਾ ਵਿਖੇ ਗਿਆਨੀ ਸੰਤ ਸਿੰਘ ਜੀ ਮਸਕੀਨ ਇਹਨਾਂ ਦੀ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਪ੍ਰਬੰਧਕਾਂ ਵੱਲੋਂ ਕੀਤਾ ਜਾ ਰਿਹਾ ਹੈ ਹਾਜ਼ਰੀ ਜ਼ਰੂਰ ਲਵਾਉਣੀ ਉਹ ਵੀ ਹਾਜ਼ਰੀ ਇੱਕ ਕਾਤਾਰ ਲਵਾਉਣਗੇ ਅਸੀਂ ਚਾਹੁੰਦੇ ਹਾਂ ਕਿ ਆਪ ਸੰਗਤਾਂ ਇਸੇ ਤਰ੍ਹਾਂ ਗੁਰੂ ਚਰਨਾਂ ਦੇ ਨਾਲ ਜੁੜੇ ਰਹੋ ਜੀ ਗੁਰੂ ਕੇ ਲੰਗਰ ਜਿਹਨਾਂ ਨੇ ਛੱਕ ਲਏ ਧੰਨਵਾਦ ਹੈ ਜਿਹਨਾਂ ਨੇ ਅੱਜ ਤੱਕ ਗੁਰੂ ਕੇ ਲੰਗਰ ਨਹੀਂ ਛੱਕੀ ਉਹ ਗੁਰੂ ਕੇ ਲੰਗਰ ਛੱਕ ਕੇ ਆਪਣੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ ਜੀ ਆਪ ਹੁਣ ਗੁਰੂ ਘਰ ਦੇ ਕੀਰਤਨੀਏ ਭਾਈ ਨੀਤਨ ਸਿੰਘ ਜੀ ਮੇਰ ਵਾਲੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸਾਜਨ ਜਲੰਧਰ ਵਾਲੇ ਆਪ ਸੰਗਤਾਂ ਨੂੰ ਇਕੱਠੇ ਬੈਠ ਕੇ ਦੋਵੇਂ ਹੀ ਜਥੇ ਕੀਰਤਨ ਦੌਰਾਨ ਯਾਦ ਕਰ ਰਹੇ ਹਾਂ ਉਹਨਾਂ ਵੱਸੋਂ ਆਪ ਜੀ ਲਾਈ ਬਣਦੇ ਸ਼ਬਦ ਕੀਰਤਨ ਸਾਹਿਬ ਕਰੋ ਗੁਰਮੁਖ ਚਰਨ ਸਵਾ ਤੁਰਗੇ ਚੁਨਲਿਆ ਸੱਚੀ ਤੁਰਗੇ ਜਾਏ ਸੱਚਾ ਕਿਰਿਆ ਗੁਰਮੁਖ ਭੋਜਨ ਪਾਓ ਚਾਉ ਪਲਲਿਆ ਗੁਰਮੁਖ ਨੇ ਚਲ ਚਿੱਤ ਨਾ ਹੱਲੇ ਹੱਲਿਆ ਗੁਰਮੁਖ ਸੱਤੇ ਆਉਣ ਜਾਉਣ ਵਾਹਿਗੁਰੂ ਜੀ ਗੁਰਮੁਖ ਲੈ ਗਏ ਆ
ਉਸਨੂੰ ਦੇਖ ਕੇ ਮੂੰਹ ਦੇ ਵਿੱਚੋਂ ਹਮੇਸ਼ਾ ਧਨ ਹੀ ਨਿਕਲਿਆ। ਧਨ ਹੈ ਐਸੀ ਖੁਸ਼ੀ। 12 ਸਾਲ ਦੇ ਵਿੱਚ ਜੇ ਉਹਨਾਂ ਨੇ ਲੰਬੀ ਯਾਤਰਾ ਕੀਤੀ ਹੈ, 40-40 ਘੰਟੇ ਯਾਤਰਾ ਕੀਤੀ, ਉਪਰੰਤ 2-2 ਘੰਟੇ ਕਥਾ ਕੀਤੀ ਹੈ, ਰਾਤ ਨੂੰ 1:30 ਵਜੇ 2 ਵਜੇ ਸੁੱਤੇ ਨੇ, ਪਰ 12 ਸਾਲ 'ਚ ਇੱਕ ਦਿਨ ਵੀ ਐਸਾ ਸੀ ਮਿਸ ਨਹੀਂ ਦੇਖਿਆ ਜਿਸ ਦਿਨ ਉਹਨਾਂ ਨੇ ਅੰਮ੍ਰਿਤ ਕੁਵੇਲੇ ਉੱਠ ਕੇ ਗੁਰਮੰਤਰ ਦਾ ਜਾਪ, 5 ਬਾਣੀਆਂ ਦਾ ਨਿਤਨੇਮ ਤੇ ਹੋਰ ਸ਼ਬਦਾਂ ਦੇ ਜਾਪ ਜੋ ਰੋਜ਼ਾਨਾ ਕਰਦੇ ਸਨ, ਕਦੇ ਨਾਗਾ ਪਿਆ, ਕਦੇ ਇੱਕ ਵੀ ਦਿਨ ਐਸਾ। ਤੇ ਉਸਦੀ ਬਦੌਲਤ ਹੈ ਅੱਜ ਉਹਨਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਕਿਉਂ? ਕਿਉਂਕਿ ਉਹਨਾਂ ਨੇ ਗੁਰੂ ਨੂੰ ਮਨਾ ਲਿਆ ਸੀ। ਜਿਹੜੇ ਗੁਰੂ ਨੂੰ ਮਨਾ ਲੈਂਦੇ ਨੇ ਤੇ ਫਿਰ ਉਹਨਾਂ ਦੀਆਂ ਯਾਦਾਂ ਹੀ ਮਨਾਈਆਂ ਜਾਂਦੀਆਂ। ਸੋ ਆਓ, ਮੈਂ ਜ਼ਿਆਦਾ ਸਮਾਂ ਨਾ ਲਵਾਂ, ਆਓ ਸਾਰੇ ਜਣੇ ਜਿਤਨੇ ਵੀ ਬੈਠੇ ਹੋ ਕਥਾ ਸੁਣਾ ਹੈ, ਅੰਤਿਮ ਫੀਰੋ ਤਿਸ
ਕਾਬਲ ਕਾਫੀ ਹੋ ਜਾਂਦੀ ਸੀ। ਜਿੱਥੇ ਇਤਨੇ ਜਥੇ ਨਾਲ ਕਥਾਵਾਚ ਹੋਰ ਗੁਣੀ ਸੱਜਣ ਚੱਲਦੇ ਸਨ, ਦੋ ਚਾਰ ਸੇਵਾਦਾਰ ਹਮੇਸ਼ਾ ਹੀ ਨਾਲ ਰਹਿੰਦੇ ਸਨ ਅਤੇ ਇੱਕ ਸੇਵਾਦਾਰ ਸੇਵਾ ਪਿਆ ਕਰੇ। ਗਿਆਨੀ ਜੀ ਸੌ ਗਏ, ਨੀਂਦਰਾਂ ਦੇ ਵਿੱਚ ਚਲੇ ਗਏ ਅਤੇ ਉਹਨਾਂ ਦੀ ਜਿਹੜੀ ਪੁਤਲੀ ਬਾਸਕਿਟ ਪਤੂਈ ਹੁੰਦੀ ਸੀ ਉਹਦੇ ਵਿੱਚ 10-15 ਹਜ਼ਾਰ ਰੁਪਈਆ ਹਰ ਸਮੇਂ ਹੁੰਦਾ ਸੀ। ਸੇਵਾਦਾਰ ਸੇਵਾ ਕਰਨ ਉਪਰੰਤ ਥੋੜ੍ਹੀ ਮਾਇਆ ਦੇ ਵਿੱਚ ਇੱਧਰ ਉੱਧਰ ਕਰਨ ਲੱਗਾ, ਉੱਧਰੋਂ ਕੱਢ ਕੇ ਆਪਣੀ ਜੇਬ ਵਿੱਚ ਪਾਉਣ ਲੱਗ ਪਿਆ ਅਤੇ ਉੱਤੋਂ ਮਾਨਯੋਗ ਗਿਆਨੀ ਇਕਬਾਲ ਸਿੰਘ ਦੀ ਮੀਰਾਪੁਰ ਉਹ ਉੱਤੋਂ ਆ ਗਏ। ਉਹਨਾਂ ਨੇ ਦੇਖ ਲਿਆ, ਉਹਨਾਂ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਮੀਰਾਪੁਰ ਸਾਹਿਬ ਨੇ ਉਹਨੂੰ ਕੁਝ ਨਹੀਂ ਆਖਿਆ। ਅਤੇ ਜਦੋਂ ਗਿਆਨੀ ਜੀ ਜਾ ਕੇ ਫਿਰ ਮਿਲਣ ਆਏ ਅਤੇ ਕਹਿਣ ਲੱਗੇ, ਗਿਆਨੀ ਜੀ ਉਹ ਤੁਹਾਡੀ ਸੇਵਾ ਕਰਦਾ ਕਰਦਾ ਅਤੇ ਨਾਲ ਤੁਹਾਡੀ ਜੇਬ ਦੀ ਵੀ ਸੇਵਾ ਕਰੀ ਜਾਂਦਾ ਸੀ ਅਤੇ ਕਹਿਣ ਲੱਗੇ, ਕੋਈ ਨਹੀਂ ਗੁਰਮੁਖੋ, ਜੇ ਸੇਵਾ ਕਰਦਾ ਹੈ ਤੇ ਫਲ ਵੀ ਨਾਲੋ ਨਾਲ ਲਈ ਜਾ ਰਿਹਾ ਹੈ। ਆਖੋ ਸਤਨਾਮ। ਕੁਝ ਨਹੀਂ ਆਖਿਆ, ਐਸਾ ਸੀ ਉਹਨਾਂ ਦਾ ਸੁਭਾਅ, ਕਿਸੇ ਤੇ ਕੋਈ ਕਿੰਤੂ ਪਰੰਤੂ ਨਹੀਂ, ਕਿਸੇ ਦਾ ਔਗਣ ਨਹੀਂ ਦੇਖਣਾ। ਜੇ ਦੇਖੇ ਹਨ ਤੇ ਆਪਣੇ ਦੇਖੇ ਹਨ ਤੇ ਫਿਰ ਜਿਹੜੇ ਆਪਣੇ ਔਗਣ ਦੇਖਦਾ ਹੈ ਉਹ ਪੂਰਨ ਸੰਤ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਰੂਰੀ ਬੇਨਤੀ ਹੈ, 17 ਤਰੀਕ ਦਿਨ ਸ਼ਨੀਵਾਰ ਨੂੰ ਜਾਂ 10:30 ਵਜੇ ਤੱਕ ਚੱਲਣਗੇ। ਉਹਨਾਂ ਵਿੱਚ ਪੰਥ ਦੇ ਮਹਾਨ ਵਿਦਵਾਨ ਕਥਾ ਕਰਨਗੇ, ਕੀਰਤਨ ਸਰਵਣ ਕਰਵਾਉਣ ਵਾਸਤੇ ਆ ਰਹੇ ਨੇ, ਜੋ ਕਿ ਬਹੁਤ ਸੁੰਦਰ ਕਲਾਸੀਕਲ ਕੀਰਤਨ ਕਰਦੇ ਨੇ। ਉਹਨਾਂ ਪਾਸੋਂ ਆਪਾਂ ਉਹਨਾਂ ਨੂੰ ਵੀ ਐਸਾ ਪਿਆਰ ਦੇਣਾ ਹੈ, ਉਹਨਾਂ ਨੂੰ ਇਹ ਨਾ ਲੱਗੇ ਵੀ ਸਾਡੇ ਦਾਦਾ ਜੀ ਦੇ ਜਾਣ ਤੋਂ ਬਾਅਦ ਦੇ ਵਿੱਚ ਕੌਮ ਨੇ ਸਾਨੂੰ ਉਹ ਪਿਆਰ ਨਹੀਂ ਦਿੱਤਾ। ਉਹਨਾਂ ਨੂੰ ਇੰਝ ਮਹਿਸੂਸ ਹੋਵੇ, ਇਤਨਾ ਪਿਆਰ ਦੇਈਏ ਵੀ ਬੇਸ਼ੱਕ ਸਾਡੇ ਦਾਦਾ ਜੀ ਸਰੀਰ ਕਰਕੇ ਨਹੀਂ ਹਨ, ਪਰ ਸਿੱਖ ਕੌਮ ਉਤਨਾ ਹੀ ਰਿਗਾਰਡ, ਉਤਨੀ ਹੀ ਇੱਜ਼ਤ ਮਾਣ ਉਹਨਾਂ ਨੂੰ ਦੇ ਰਹੀ ਹੈ। ਸਭਨਾਂ ਨੇ ਆਪਣੇ ਸੰਗੀ ਸਾਥੀਆਂ, ਆਪਣੇ ਰਿਸ਼ਤੇਦਾਰਾਂ, ਭੈਣਾਂ ਭਰਾਵਾਂ ਨੂੰ ਲੈ ਕਰਕੇ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਗੁਰੂ ਆਪ ਜੀ ਨੂੰ ਤੌਫੀਕ ਬਖਸ਼ਿਸ਼ ਕਰੇ ਆਪਣੀ ਸੇਵਾ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਉਹਨਾਂ ਆਤਮਾਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੀਆਂ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਪੰਥ ਦੇ ਵਿੱਚ ਲਾਇਆ। ਆਪ ਹੁਣ
ਜੀ ਸਤਿ ਸੰਗਤ ਜੀਓ ਵੱਡੇ ਭਾਗੇ ਹੋ ਧੰਨਤਾ ਯੋਗ ਹੋ ਜੋ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਹਾਜ਼ਰਾ ਹਜ਼ੂਰ ਸਹਿਬ ਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਬਦ ਸ਼ੈਗਾ ਬੈਠ ਕੇ ਧਰੋ ਆਏ ਬਾਣੀ ਦਾ ਕੀਰਤਨ ਸ਼ਰਵਣ ਕਰਕੇ ਇਹ ਲੋਕ ਪ੍ਰਲੋਕ ਦੋਵੇਂ ਸਥਾ ਰਹੇ ਹੋ ਵੱਡੇ ਭਾਗੇ ਹੋ ਧੰਨਤਾ ਜੀ ਇੱਕ ਵਾਰ ਸਾਰੇ ਕਿਰਪਾ ਕਰੋ ਕੋਈ ਰਸਨਾ ਵਾਧੀ ਨਾ ਰਹੇ ਸਰਬੱਤ ਮਾਈ ਭਾਈ ਪਿਆਰ ਸਤਿਕਾਰ ਨਾਲ ਕਰੋ ਕਿਰਪਾ ਤੇ ਗੱਲ ਕੇ ਪਤੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਆਪ ਜੀ ਨੇ ਕਲਯੁਗ ਨੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇਕ ਧਰੋ ਆਏ ਬਾਣੀ ਦਾ ਕੀਰਤਨ ਸਭ ਦੇ ਉੱਤਮ ਹਰ ਕੀ ਕਥਾ ਹੁਣ ਚੰਦ ਮਿੰਟ ਜਿੰਨਾ ਸਮਾਂ ਪ੍ਰਾਪਤ ਹੋਇਆ ਢਾਡੀ ਸੰਗੀ ਬਾਣੀਆਂ ਕਹਾਣੀਆਂ ਪੁਸ਼ਪ ਕਰੇ ਇਹ ਤਾਂ ਜੀ ਨੂੰ ਭਲੀ ਪ੍ਰਕਾਰ ਪਤਾ ਹੈ ਕੌਮ ਦੀਆਂ ਤਿੰਨ ਮਹਾਨ ਹਸਤੀਆਂ ਪੰਚ ਰਤਨ ਸਤਿਗੁਰ ਦੀ ਪਵਿੱਤਰ ਬਾਣੀ ਦੀ ਵਿਚਾਰ ਨਾਲ ਸਿੱਖ ਸੰਗਤਾਂ ਨੂੰ ਸ਼ਬਦ ਨਾਲ ਜੋੜਨ ਵਾਲੇ ਮਸਕੀਰ ਸਾਹਿਬ ਭਾਈ ਸਾਹਿਬ ਭਾਈ ਜਸਕੀਰ ਸਿੰਘ ਦੀ ਖਾਲਸਾ ਕਹਿੰਦੇ ਵਾਲੇ ਗੁਰੂ ਘਰ ਦੇ ਮਹਾਂ ਕੀਰਤਨ ਔਰ ਸ਼੍ਰੋਮਣੀ ਪਾਰਟੀ ਗਿਆਨੀ ਨੈਣ ਸਿੰਘ ਬਿਲਵਰ ਇਹਨਾਂ ਤਿੰਨਾਂ ਮਹਾਨ ਹਸਤੀਆਂ ਦੀ ਯਾਦ ਵਿੱਚ ਸਭ ਸਿੱਖ ਸੰਗਤਾਂ ਬੜੇ ਪਿਆਰ ਤੇ ਸ਼ਰਧਾ ਨਾਲ ਜੁੜ ਕੇ ਬੈਠੀ ਦਾਸ ਨੂੰ ਪਹਿਲੀ ਵਾਰ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੋਇਆ ਔਰ ਸਮੇਂ ਦੀ ਟਾਈਮ ਦੀ ਮੈਂ ਕਦਰ ਨਹੀਂ ਕਰਨੀ ਹੈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸ਼ਬਦ ਦੀ ਟੇਕ ਲੱਗਾ ਲੈ ਲੈ ਹਉ ਢਾਡੀ ਹਰ ਕਮ ਖਸਮ ਕਾ ਹਰ ਕੇ ਦਰ ਹੈ ਹਰ ਅੰਦਰ ਸੁਣੀ ਪਕਾਰ ਢਾਡੀ ਹੈ ਢਾਡੀ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਹਉ ਢਾਡੀ ਵਿਕਾਰ ਪਹਿਰੇ ਲਾਏ ਜਗਤ ਗੁਰੂ ਸ਼ਹੀਦਾਂ ਦੇ ਸਿਰਤਾਜ ਗੁਰੂ ਨਾਨਕ ਦੀ ਪੱਲੀ ਜੋਤ ਸਤਿਗੁਰੂ ਜੀ ਆਪਣੀ ਮੁਖਾਰਬੇ ਤੋਂ ਕਹਿੰਦੇ ਨੇ ਢਾਡੀ ਦਰ ਪਰ ਐਸੇ ਢਾਡੀ ਸੰਗਤ ਦੀ ਸਦੀ ਵਿੱਚ ਗਿਆਨੀ ਨੈਣ ਸਿੰਘ ਜੀ ਦਿਲਵਰ ਸਾਹਿਬ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਇਹ ਸੇਵਾ ਬਖਸ਼ੀ ਕੌਮ ਦੀ ਤੇ ਬਹੁਤ ਲਿਖਾਰੇ ਵੀ ਸਨ ਦਸਮ ਪਿਤਾ ਗੋਬਿੰਦ ਸਿੰਘ ਮਹਾਰਾਜ ਜੀ ਸਤਨਾ ਦੇ 14 ਜੰਗਾਂ ਲੜੀਆਂ ਸਭ ਤੋਂ ਵੱਡੀ ਜੰਗ 8 ਮਹੀਨੇ 13 ਦਿਨ ਸਨ ਫਿਰ ਚਮਕੌਰ ਦੀ ਬੜੀ ਵੱਡੀ ਜੰਗ ਸਤੂ ਜੀ ਕਵੀਆਂ ਵਿੱਚੋਂ ਕਵੀ ਗੁਰੂਆਂ ਵਿੱਚੋਂ ਗੁਰੂ ਅਵਤਾਰਾਂ ਵਿੱਚੋਂ ਅਵਤਾਰ ਪੈਗੰਬਰਾਂ ਚੋਂ ਪੈਗੰਬਰ ਸੰਤਾਂ ਤੋਂ ਸੰਤ ਔਰ ਚਰਨੈਲਾਂ ਵਿੱਚੋਂ ਇੱਕ ਮਹਾਨ ਚਰਨੈਲ ਗੁਰੂ ਗੋਬਿੰਦ ਸਿੰਘ ਵਰਗਾ ਜਰਨੈਲ ਨਹੀਂ ਹੋਈ ਔਰ ਕੋਈ ਨਹੀਂ ਹੋਈ ਦਸਮ ਪਿਤਾ ਨੇ ਕਲਮ ਪਕੜੀ 17,253 ਸ਼ਬਦ ਜੇ ਸੰਤਾਂ ਦੇ ਸ਼ਬਦ ਮੁੱਕੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਦਸ ਨਹੀਂ 14 ਜੰਗਾਂ ਲੱਗੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵਹਿ ਪ੍ਰਗਟਿਓ ਮਰਦ ਕਲਪਨਾ ਗਿਆਨੀ ਨੈਣ ਸਿੰਘ ਗਿਲਵਰ ਨੇ ਜੋ ਲਿਖਿਆ ਉਹ ਹੀ ਤੁਹਾਡੇ ਸਮਝ ਰਿਹਾ ਵਹਿ ਪ੍ਰਗਟਿਓ ਮਰਦ ਕਲਪਨਾ ਫਰਿਆਦ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਕੁੱਝ ਇਹ
ਬੜਾ ਵੱਡਾ ਦਰਮਿਆਨ ਹੋਏ ਨਾ ਪੁੰਨੇ ਨੂੰ ਬਣਿਆ ਜਾਂਦਾ ਔਰ ਹਿੰਦੂ ਨੂੰ ਮੰਨਿਆ ਜਾਂਦਾ ਕਿ ਬੜਾ ਤਗੜਾ ਦਰਮਿਆਨ ਹੋਏ ਪਰ ਤਿੰਨਾਂ ਦਰਮਿਆਨਾਂ ਦੀ ਜੇ ਮੈਂ ਵਿਆਖਿਆ ਕਰਾਂ ਧਰਮ ਬਦਲੇ ਸਮੁੱਚੀ ਮਨੁੱਖਤਾ ਬਦਲੇ ਨਾ ਤਿੰਨਾਂ ਦਰਮਿਆਨਾਂ ਨੇ ਕੁਛ ਨਹੀਂ ਕੀਤਾ ਹਿੰਦੂ ਨੇ 2.5 ਕਰੋੜ ਬੰਦਾ ਕਤਲ ਕੀਤਾ 2.5 ਕਰੋੜ ਲਾਲਾ ਲੋਕਰਾ ਕਹਿੰਦਾ ਗੁਰੂ ਗੋਬਿੰਦ ਸਿੰਘ ਵਰਗਾ ਜ਼ਿੰਦਾ ਨਹੀਂ ਕੋਈ 10 ਵਜ ਦੁਸ਼ਮਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੇਵਲ 48 ਦੋ ਸਾਹਿਬਜ਼ਾਦੇ ਸਤਪੁਤੀਆਂ ਚਮਕੌਰ ਵਿੱਚ ਟੋਟਲ ਗਿਣਤੀ 44 ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਛੱਡੇ ਦੁਸ਼ਮਣ ਦਲ ਦੀ ਗਿਣਤੀ 10 ਲੱਖ ਸੀ ਫਾਜ਼ਿਲ ਖਾਨ ਨੇ ਕਈ ਵਾਰ ਕਿਹਾ ਗੋਬਿੰਦ ਸਿੰਘ ਇਸ ਕਰੀ ਜੋ ਤੂੰ ਜਿੰਦਾ ਨਹੀਂ ਨਿਕਲ ਸਕੇ ਸ਼ਾਂਤ ਸੁਣਦੇ ਬਾਬਾ ਖੰਡਿਆ ਕਰਦੇ ਸੀ ਤੈਨੂੰ ਗ੍ਰਿਫਤਾਰ ਕਰ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਢਿਆ ਮੱਥੇ ਤੋਂ ਤੀਰ ਚਲਾ ਵਜੀਦ ਖਾਨ ਦੇ ਘੋੜੇ ਦੀ ਕੱਢ ਚੁੱਕ ਪਈ ਸੀ ਬਸ ਸੁਖਬੀਰ ਸਿੰਘ ਹਰੂ ਨੇ ਆਖਿਆ ਵਜੀਦ ਖਾਨ ਸ਼ਾਂਤਰ ਸੁਣਨ ਵਾਸਤੇ ਨਹੀਂ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਕੱਲ੍ਹ ਮੇਰੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਤੋਂ ਸੁਣ ਕੇ ਵਜੀਦ ਖਾਨ ਨੇ ਆਪਣੀ ਫੌਜ ਨੂੰ ਸਮਾਧਾਨ ਕਰ ਦਿੱਤਾ ਇਹਦਾ ਗ੍ਰਿਫਤਾਰ ਪਾਤਸ਼ਾਹ ਇੱਕ ਚੜ ਗਿਆ
ਕੇ ਹੈ ਜਿੰਦਾ ਰੱਖਣਾ ਪੰਥ ਨੂੰ ਪੁੱਤ ਪੇਟ ਲਾਤੇ ਦਸੋ ਪਾਤਸ਼ਾਹ ਕਹਿਣਗੇ ਸਿੰਘੋ ਅੱਜ ਇੱਥੇ ਵੀ ਧਿਆਨ ਹੋਵੇ ਮੈਂ ਪੁੱਤਾਂ ਨੂੰ ਪਿਆਰੇ ਸਿੰਘ ਇੱਥੇ ਕੁਰਬਾਨ ਕਰਨੇ ਇੱਥੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਨੇ ਜ਼ਾਲਮਾਂ ਦੀ ਪੂਰੀ ਬਾਤ ਹੋਣੀ ਹੈ ਪੰਥ ਨੂੰ ਖਤਮ ਕਰਨ ਲਈ ਪਰ ਪੰਥ ਦੀਆਂ ਨੀਹਾਂ ਨੂੰ ਆਪਣੇ ਪੁੱਤਰਾਂ ਦਾ ਖੂਨ ਪਾਣੀ ਦੀ ਥਾਂ ਸੀਮਿੰਟ ਦੀ ਜਗ੍ਹਾ ਆਪਣੇ ਪੁੱਤਰਾਂ ਦੇ ਹੱਥ ਔਰ ਸਰੀਏ ਦੀ ਜਗ੍ਹਾ ਆਪਣੇ ਪੁੱਤਰਾਂ ਦੇ ਹੱਥ ਔਰ ਸੀਮਿੰਟ ਦੀ ਜਗ੍ਹਾ ਆਪਣੇ ਪੁੱਤਰਾਂ ਦੇ ਜਿਸਮ ਦੀ ਚਰਬੀ ਤੇ ਪੁੱਤਾਂ ਨੂੰ ਪਿਆਰੇ ਸਿੰਘਾਂ ਨੂੰ ਅੱਜ ਇੱਥੇ ਕੁਰਬਾਨ ਕਰਨਾ ਤੇ ਪੰਥ ਦੀਆਂ ਨੀਹਾਂ ਇੰਨੀਆਂ ਪੱਕੀਆਂ ਮਜ਼ਬੂਤ ਕਰ ਦੇਣੀਆਂ ਨੇ ਸਾਲ ਆਪਣੀ ਪੂਰੀ ਬਾਹ ਦੇਗਾ ਪਰ ਇੱਕ ਇੱਥੇ ਦੀਵਾਰ ਨਹੀਂ ਹੈ ਸਤਨਾ ਦੇ ਬਚਨ ਸੁਣ ਕੇ ਇਹ 48 ਸਿੰਘ ਦੋ ਸਾਹਿਬਜ਼ਾਦੇ ਸਤਿਗੁਰੂ ਜੀ ਆ ਕੀਤੀ 44 ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣੇ ਦਸਮ ਪਿਤਾ ਦੇ ਬਚਨ ਸੁਣ ਕੇ ਇਹ 40 ਸਿੰਘ ਇੱਕ ਵਾਰ ਸਿੰਘਾਂ ਨੇ ਜਨਕਾਰੇ ਸੁਣੇ ਚਮਕੌਰ ਪਿੰਡ ਦੀਆਂ ਦੀਵਾਰਾਂ ਜਨਕਾਰਿਆਂ ਨਾਲ ਗੂੰਜ ਉੱਠੀਆਂ ਵਜ਼ੀਰ ਖਾਨ ਨੇ ਆਪਣੀ ਸੀਆਈਡੀ ਨੂੰ ਆਖਿਆ ਤੁਸੀਂ ਕਹਿੰਦੇ ਗਿਣਤੀ ਦੇ ਸਿੱਖ ਨੇ ਤੁਸੀਂ ਰਿਪੋਰਟ ਦਿੱਤੀ ਗਿਣਤੀ ਦੇ ਸਿੱਖ ਨੇ ਇਹ ਗਿਣਤੀ ਦੇ ਨੇ ਜਮਕਾਲਿਆ ਦੀਆਂ ਪੂਜਾ ਪੈ ਗਈਆਂ ਨੇ ਇਹ ਜ਼ਮੀਦਾਰ ਦੀ ਹਵੇਲੀ ਅਨੰਦਗੜ੍ਹ ਦੇ ਕਿਲੇ ਨੂੰ ਮਜ਼ਬੂਤ ਜਾਂਦੀ ਹੈ ਵਜ਼ੀਰ ਖਾਨ ਨੇ ਬੜਾ ਡਰ ਹੁੰਦਾ ਕੀ ਸਿੰਘਾਂ ਦੇ ਤੀਰਾਂ ਤੇ ਗੋਲੀਆਂ ਦੀ ਤਰ੍ਹਾਂ ਵਰਖਾ ਕੀ ਸਭ ਤੋਂ ਸਮਝਦਾਰਾ ਸਰਕਾਰ ਨੇ ਕਿੰਨੀ ਨੂੰ ਜੰਗ ਸ਼ੁਰੂ ਹੋ ਗਿਆ ਬੜੀ ਨੁਕਸਾਨ ਦੀ ਜੰਗ ਹੋਈ ਮਾਵਾਂ ਦੇ ਪੁੱਤਰ ਸਦਾ ਜਮੀਨੇ ਸੋਂਦੇ ਨੇ ਦਸਮ ਪਿਤਾ ਦੇ ਅਗੰਮੀ ਬਚਨ ਸਨ ਸਵਾ ਲਾਲ ਸੇ ਏਕ ਲਗਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਕੱਲਾ ਕੱਲਾ ਸਿੰਘ ਦੁਸ਼ਮਣ ਦਲ ਦੇ ਵਿੱਚ ਆ ਕੇ ਜਿਵੇਂ ਆਸਮਾਨ ਦੀ ਬਿਜਲੀ ਕੱਢਦੀ ਹੈ ਇਹਦਾ ਸਿੰਘ ਕੱਢਦੇ ਬੜੇ ਕਿਸਾਨ ਦੀ ਜੰਗ ਸੈਯਦ ਜੋਗੀ ਅਲਾ ਯਾਰ ਖੈ ਮੁਸਲਮਾਨ ਕਵੀ ਹੋਏ ਉਸ ਦੀ ਆਤਮਾ ਕਿੰਨੀ ਨਿਰਮਲ ਹੋਈ ਬੇਸ਼ਿਕਪੁਰਾ ਜਨਮ ਸਲਾਮ ਧਰਮ ਚ ਪਰ ਜਿਹੜੇ ਸੰਤ ਹੁੰਦੇ ਨੇ ਜਿਹੜੇ ਗੁਰੂ ਗਿਆਨੀ ਹੁੰਦੇ ਨੇ ਜਿਹਨਾਂ ਦੀ ਸਚਾਈ ਹੁੰਦੀ ਹੈ ਉਹਨਾਂ ਦਾ ਮਨ ਖੋਲ ਉਹ ਮਨ ਤੋਂ ਚਿਹਰੇ ਸੈਯਦ ਜੋਗੀ ਅਲਾ ਯਾਰ ਖੈ ਨੂੰ ਕਾਜ਼ੀਆਂ ਨੇ ਸਜ਼ਾ ਮੌਤ ਸੁਣਾਈ ਸੀ ਮੌਤ Thank you.
ਪਾਸਾ ਦੀ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਖੜ ਕੇ ਦਾ ਸ਼ਬਦ ਹੈ ਮਹਾਰਾਜ ਕਹਿੰਦੇ ਪੂਰੇ ਸਰਾਜ ਦੇ ਵੀ ਤੁਸੀਂ ਇਸ ਬੁੱਧ ਵਿੱਚ ਪਾਸਾ ਦੀ ਬਾਣੀ ਨੂੰ ਫੇਰ ਦਿੱਤੇ ਉਹ ਜੁੜ ਹੈ ਸਰਗੀ ਮਾਤਰ ਸੋਧੀ ਸ਼ਕਤੀ ਮਾਤਰ ਵਾਲੇ ਸਾਰੇ ਸਕਾਲੇ ਜਿਨ੍ਹਾਂ ਨੇ ਆਪ ਜੀ ਨੂੰ ਢੱਡ ਜਾਣ ਕੀਤਾ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ।
गुरु घर के प्रसिद्ध कमिश्नर जथा भाई भुपिंदर सिंह जी मोगे वाले उन्होंने बेनती है कि वह आप जी थोड़े मिनटों वास्ते अपना प्रोग्राम सरवण करवा मिले हैं भी वो करा रहे ज्ञानी भुपिंदर सिंह जी मोगे वाले वो आप जी कमिश्नरी जथे राय निहाल करेंगे उन्होंने पासों आप जी गुर त्याग सरवण करो जी वाहेगुरु जी का खालसा वाहेगुरु जी हंस बना सकते किने जहान विच बगल आंदे तोले देखे टोबिया ते बहंगे केल की फुलां दी किते किते पाए गूंजदे कांकते ਉਹ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰਦੇ ਹੋਏ
सचखंड महाराज गए ਅਤੇ ਦੂਸਰੇ ਨੰਬਰ ਦੇ ਉੱਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਫਰਮਾਨ ਕਰਦੇ ਹਨ ਕਿ ਕਾਜੂ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਐਸਾ ਕੀਰਤਨ ਕਰਨ ਮੇਰਾ ਇਹਾਂ ਮੁਹਾਂ ਜੋ ਕਾਮ ਤੇਰੇ ਦੇ ਮਹਾਂਵਾਕ ਅਨੁਸਾਰ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਉਹਨਾਂ ਨੂੰ ਜੋ ਕਿ ਅੱਜ ਦਾ ਇਹ ਸਮਾਗਮ ਸਮਰਪਿਤ ਹੈ ਤੇ ਤੀਸਰੇ ਨੰਬਰ ਦੇ ਉੱਤੇ ਭਾਈ ਦਇਆ ਸਿੰਘ ਦਲਵਰ ਢਾਡੀ ਜੋ ਸ਼੍ਰੋਮਣੀ ਢਾਡੀ ਹੋਏ ਹਨ ਉਹਨਾਂ ਨੂੰ ਇਹ ਸਮਰਪਿਤ ਕੀਤਾ ਹੈ। ਆਓ ਸਮੂਹ ਸਿੰਘ ਸੰਗਤਾਂ ਮੈਂ ਇੱਕ ਕਰਤਾ ਕਹਿ ਕੇ ਆਪ ਤੋਂ ਖਿਮਾ ਦਾ ਜਾਚਕ ਹੋ ਜਾਣਾ, ਬਹੁਤਾ ਸਮਾਂ ਨਹੀਂ ਲਾਉਣਾ। ਸਭ ਤੋਂ ਪਹਿਲਾਂ ਜੋ ਸਿੱਖੀ ਦਾ ਉੱਚਾ ਤੇ ਸੁੱਚਾ ਅਸੂਲ ਹੈ ਉਸ ਨੂੰ ਪੂਰਾ ਕਰੀਏ। ਮੇਰੇ ਚੋਲੀ ਪ੍ਰੀਤਮ ਕਲਗੀਆਂ ਵਾਲੇ ਪਾਤਸ਼ਾਹ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਜੈਕਾਰਾ ਬੁਲਾਈਏ। ਜਿਹਦੀ ਜਵਾਨ ਵਿੱਚ ਫਤਿਹ ਹੈ ਉਹਦੀ ਜਹਾਨ ਵਿੱਚ ਫਤਿਹ ਹੈ। ਲਵਾਓ ਹਾਜ਼ਰੀਆਂ, ਕਰੋ ਰਸਨਾ ਨੂੰ ਪਵਿੱਤਰ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸੰਤ ਸਿੰਘ ਜੀ ਮਸਕੀਨ ਉਹ ਆਪਣੀ ਕਥਾ ਦੇ ਵਿੱਚ ਹਮੇਸ਼ਾ ਇਹ ਗੱਲ ਕਹਿੰਦੇ ਹੈ ਕਿ ਇਹ ਦੁਨੀਆਂ ਦੇ ਲੋਕ ਗੁਰਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਫਰਮਾਨ ਕਰਦੇ ਹਨ ਕਿ ਪਾਣੀ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਾਂ ਮੁਕਦੀ ਚੱਲੀ ਰਹਿ। ਗੁਰਬਾਣੀ ਦੇ ਵਿੱਚ ਸਤਿਗੁਰੂ ਸਾਨੂੰ ਹੋਰ ਫਰਮਾਨ ਕਰਦੇ ਹਨ, ਭਗਤ ਫਰੀਦ ਜੀ ਕਹਿੰਦੇ ਹਨ, ਕਹਿੰਦੇ ਫਰੀਦਾ ਜਿੰਨੀ ਕੰਮੀ ਨਾਹੀ ਗੁਣ ਦੇ ਕਮੜੇ ਵੀ ਸਾਰ ਮੱਧ ਸ਼ਰਮਿੰਦਾ ਥੀ ਵਈ ਸਾਏ ਦੇ ਦਰਬਾਰ। ਕਿ ਆਖਿਰਕਾਲ ਦੇ ਤੈਨੂੰ ਸੰਸਾਰ ਦੇ ਉੱਤੇ ਜਿਸ ਕਾਰਜ ਵਾਸਤੇ ਭੇਜਿਆ ਉਹ ਕਾਰਜ ਨਾ ਕੀਤਾ ਤੇ ਤੈਨੂੰ ਜਾ ਕੇ ਧਰਮ ਰਾਏ ਜਦ ਲੇਖਾ ਮੰਗਾ ਕਿਆ ਮੁੱਖ ਲੈ ਕੇ ਜਾਏਗਾ, ਕਿਹੜਾ ਨੂੰ ਜਾ ਕੇ ਦਿਖਾਉਣਾ ਪਵੇਗਾ। ਆਓ ਅਸੀਂ ਗਾਉਣ ਵਾਲੇ ਵੀ ਸਿੱਖ, ਤੁਸੀਂ ਸੁਣਨ ਵਾਲੇ ਵੀ ਸਿੱਖ, ਜੋ ਸੰਤ ਸਿੰਘ ਜੀ ਮਸਕੀਨ ਸਾਨੂੰ ਸਮਝਾਉਂਦੇ ਰਹੇ ਉਹ ਵੀ ਸਾਨੂੰ ਇਹੀ ਗੱਲ ਕਹਿੰਦੇ ਰਹੇ ਕਿ ਪਰਮੇਸ਼ਰ ਦਾ ਜਾਪ ਕਰੋ, ਵਾਹਿਗੁਰੂ ਦਾ ਸਿਮਰਨ ਕਰੋ। ਤੇ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਬਲਾ ਰਾਗ ਦੇ ਵਿੱਚ ਸਮਝਾਉਂਦੇ ਹਨ, ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਚਾਰ ਗੱਲਾਂ ਸਾਰਿਆਂ ਦੇ ਜਾਣ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਸਾਰ ਖਵਾਰੇ ਕੀ ਚਰਕ ਜੀਵਨ ਨਹੀਂ ਰਹਿਣਾ। ਤੇ ਸ਼ਹਿਰ ਦੀ ਕਲਮ ਲਿਖਦੀ ਹੈ ਬਾਬੂ ਰਜ਼ਬ ਅਲੀ ਖਾਨ ਸਾਹੋਕਿਆਂ ਵਾਲੇ ਮੁਸਲਮਾਨ ਹੋਣ ਦੇ ਨਾਤੇ ਆਪਣੀ ਕਲਮਾਂ ਲਿਖਦੇ ਹੈ, ਕਹਿੰਦੇ ਮਨ ਮੂਰਖ ਨੂੰ ਸਮਝਾਉਂਦਾ ਥੱਕ ਗਿਆ, ਨੇਕੀਆਂ ਕਮਾਉਣ ਦੀ ਸਗੰਧ ਚੱਕ ਗਿਆ, ਕਈ ਕਈ ਆਇਆ ਨਾਮ ਨੂੰ ਜਪੂਗਾ ਸੱਚਿਆ ਤੇ ਇੱਥੇ ਆ ਕੇ ਭੁੱਲ ਗਿਆ ਕੱਚੇ ਲਿਆ ਕੱਚਿਆ। ਮਿੱਟੀ ਦੀ ਬਣਾ ਕੇ ਪੂਤਲੀ ਖਰਾਦਮੀ, ਜਿਹਨੇ ਗੰਦੇ ਪਾਣੀ ਨੂੰ ਬਣਾ ਤਾ ਆਦਮੀ, ਕਹਿੰਦਾ ਦੁੱਧ ਵੇਲੇ ਦੁੱਧ ਚੋਗ ਵੇਲੇ ਚੋਗਨੀ ਤੇ ਕਹਿੰਦੇ ਫਿਰ ਹੋ ਗਿਆ ਕਮਾਉਣ ਯੋਗ ਜੀ। ਮੋੜਿਆ ਨਾ ਮੂਨ ਦਾ ਵਿਆਜ ਸ਼ਾਹਾਂ ਨੂੰ, ਕੋਈ ਜੂਏ ਚ ਹਰਾਈ ਜਾਂਦਾ ਹੈ ਲਾਲ ਸਾਹਾਂ ਨੂੰ, ਭਾਵੇਂ ਗੈਸ ਰੋਸ਼ਨੀ ਬਥੇਰੇ ਰਹਿੰਦਾ ਰਿਹਾ ਤੇ ਗੰਦ ਦਾ ਪਨਾਲਾ ਨੱਕ ਤੋਂ ਨਹੀਂ ਵਹਿੰਦਾ ਰਿਹਾ। ਉਦੋਂ ਬੂਥ ਹੇਠ ਤੇ ਤਾਂ ਸੀ ਪੱਬੀਆਂ, ਜੇਬ ਵਿੱਚ ਰੱਖਦਾ ਮੁਸ਼ਕ ਡੱਬੀਆਂ, ਪਹਿਣ ਦਾ ਪੋਸ਼ਾਕ ਵਧੀਆ ਤੋਂ ਵਧੀਆ, ਸੀਸ ਤੇ ਲਗਾ ਕੇ ਬੰਨਦਾ ਹੈ ਵਧੀਆ, ਪੂੰਝਦਾ ਰੁਮਾਲ ਨਾਲ ਜਿਹੜੇ ਮੁੱਖ ਨੂੰ ਤੇ ਖਾ ਕੇ ਮਾਸ ਪੀਂਦਿਆਂ ਮਟਾਉਣਾ ਭੁੱਖ ਨੂੰ, ਕਹਿੰਦਾ ਟੁੱਟ ਜੂ ਪੁਰਾਣਾ ਹੋ ਕੇ ਵਾਣ ਖਾਟਦਾ ਤੇ ਪੈ ਜੂਗਾ ਟਿਕਟ ਲੈਣਾ ਕਾਲ ਘਾਟਦਾ, ਜਿਹੜੇ ਭਾਈਚਾਰੇ ਦਾ ਵਖਾਵੇ ਜੋਰ ਜੀ ਉਹ ਤੇਰੇ ਵਾਸਤੇ ਪੱਟਣ ਗੋਰ ਜੀ, ਜਿਹੜੇ ਮਾਂ ਪਿਓ ਕਰਨ ਪੁੱਤ ਪੁੱਤ ਜੀ ਦੇ ਹੱਥੀ ਫੂਕ ਆਉਣਗੇ ਮਰੇ ਦਾ ਪੁੱਤ ਜੀ, ਕਹਿੰਦਾ ਜਿਹੜੀ ਤੀਵੀ ਰੱਖੀ ਕਾਗਜ਼ੀ ਲਪੇਟ ਕੇ ਰੋ ਕੇ ਮਿੱਟੀ ਬਹਿ ਜੂ ਮਿੱਟੀ ਚ ਸਮੇਟ ਕੇ। ਭੋਲਿਆ ਦੋ ਗੱਲਾਂ ਯਾਦ ਰੱਖ ਜਿਹੜੀਆਂ ਤੇਰੇ ਯਾਦ ਕਰਨ ਵਾਲੀਆਂ ਕੰਮ ਆਉਣ ਵਾਲੀਆਂ, ਕਹਿੰਦਾ ਹੱਕ ਦੀ ਕਮਾਈ ਖਾ, ਹੱਕ ਦੀ ਕਮਾਈ ਖਾ ਜਹਾਨ ਠੱਕਣਾ, ਰੱਬ ਦੀ ਕਸਮ ਸੂਈ ਜਾਣੀ ਸੱਚਣਾ, ਐਵੇਂ ਜਾਓ ਗਾਫਲਾ ਉਮਰ ਬੀਤ ਲੈ ਤੇ ਰੱਜ ਬਲੀ ਸੱਚ ਦੀ ਨਮਾਜ਼ ਨਹੀਂ ਲੈ। ਆਓ ਅਖੀਰ ਦੇ ਵਿੱਚ ਦਾਸਾਂ ਨੂੰ ਸਮਾਂ ਮਿਲਿਆ, ਅਖੀਰ ਦਾ ਸਮਾਂ ਕਿਸੇ ਤੇ ਆਵੇ ਨਾ ਪਰ ਸਾਡਾ ਗਾਉਣ ਦਾ ਸਮਾਂ, ਇਸ ਗੱਲ ਨਹੀਂ ਹੋਈ। ਆਓ ਆਪ ਜੀ ਦੀ ਸੇਵਾ ਦੇ ਵਿੱਚ ਸਿਰਫ ਇੱਕ ਕਰਤਾ ਕਹੀਏ ਕਿ ਪਰਮੇਸ਼ਰ ਨੂੰ ਭੁੱਲਿਆ ਹੋਇਆ ਬੰਦਾ ਇੱਥੇ ਮਾਣ ਮੰਦੀਆਂ ਕਰਦਾ ਹੋਇਆ ਪਰਮੇਸ਼ਰ ਨੂੰ ਭੁੱਲ ਬੈਠਾ ਹੈ, ਇਹ ਮਨੁੱਖ ਪਰਮੇਸ਼ਰ ਨੇ ਤੈਨੂੰ ਨਾਮ ਜਪਣ ਵਾਸਤੇ ਭੇਜਿਆ, ਨਾਮ ਜਪ। ਬਾਬੂ ਰਜਮਲੇ ਜੀ ਦੀ ਕਲਮ ਤੋਂ ਲਿਖੀ ਹੋਈ ਨਜ਼ਮ ਜੋ ਕਿ ਪਿੰਡ ਤੋਂ ਬਾਅਦ ਹੱਥ ਕਲਾ ਨਜ਼ਮ ਆ ਕੇ ਜਾ
I'm
ਪਰਮੇਸ਼ਰ ਦਾ ਬਿੰਦ ਬਹਿ ਕੇ ਕਾਤਰ ਦਾ ਨਾਮ ਨਾ ਜਪਦਾ ਰਾਤ ਦਿਨ ਖਪਦਾ ਕਮਾਈਆਂ ਕਰਦਾ ਮੋਹਰ ਘਰਦਾ ਟੱਬਰ ਤੇ ਪੂਰੀ ਹੇਕੜੀ ਚੱਲਦੀ ਗੱਲ ਕਰਦਾ ਸਾਲਾਂ ਦੀ ਮਸਾਣੀ ਬਿੰਦ ਦਾ ਪਾਉਣੀ ਜਿੰਦ ਦਾ ਸ਼ੈਦ ਅੱਜ ਤੁਰ ਕੇ ਖਬਰ ਨਹੀਂ ਪਲਦੀ ਜੋ ਲਿਖਿਆ ਕਿਸਮਤ ਦਾ ਹਰਕ ਨੂੰ ਮਿਲਣਾ ਖੜੋਂਦਾ ਦੇਣਾ ਹੱਦੋਂ ਵੱਧ ਲੋਭ ਦਿੰਦਾ ਹੈ ਡੋਬ ਸਿਆਣੇ ਪੁਰਸ਼ ਨੂੰ ਚੰਗਾ ਨਹੀਂ ਕਰਨਾ ਬੰਦਾ ਭੁੱਲ ਗਿਆ ਵਾਹਿਗੁਰੂ ਤਮਾਂ ਦਾ ਮਾਰਿਆ ਫਿਰ ਅਹੰਕਾਰਿਆ ਮੌਤ ਨਾ ਚੇਤੀ ਯਾਦ ਨਹੀਂ ਮਰਨਾ ਖਾਲਸਾ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਸਾਡੇ ਸਰਕਾਰ ਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਜੀਰ ਸਾਹਿਬਾਨ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਅਤੇ ਸਮੂਹ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰਵਾਏ ਹਨ ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਜਿਨ੍ਹਾਂ ਦੀ ਮਿਹਰ ਦੇ ਸਦਕਾ ਆਪ ਜੀ ਦੀ ਸੇਵਾ ਦੇ ਵਿੱਚ ਆਪ ਦੇ ਹਾਜ਼ਰ ਹੋਏ ਹਾਂ ਬੋਲਦੇ ਨੂੰ ਅਨੇਕ ਤਰ੍ਹਾਂ ਦੀਆਂ ਕੁੱਟੀਆਂ ਗਲਤੀਆਂ ਰਹਿਗੀਆਂ ਹੋਈਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਭੁੱਲਣ ਅੰਦਰ ਸਭ ਤੋਂ ਭੁੱਲ ਗੁਰੂ ਕਰਤਾਰ ਗੁਰੂ ਬਖਸ਼ਿਸ਼ ਕਰਨ ਸਮਤ ਬਖਸ਼ਣ ਤਾਂ ਕਿ ਵੱਧ ਤੋਂ ਵੱਧ ਸਿੱਖ ਸੰਗਤ ਦੀ ਸੇਵਾ ਕਰ ਸਕੀਏ ਦਾਦਾ ਕ੍ਰਿਸ਼ੀ ਜੱਥਾ ਜੋ ਆਪ ਜੀ ਦੀ ਸੇਵਾ ਦੇ ਵਿੱਚ ਦੂਸਰੀ ਤੀਸਰੀ ਵੇ ਹਾਜ਼ਰੀ ਭਰਨ ਵਾਸਤੇ ਹਾਜ਼ਰ ਹੋਇਆ ਹੈ ਤਕਰੀਬਨ ਦਸ ਦਾ ਤਕਰੀਬਨ ਮਹੀਨਾ ਕੁ ਇੱਕ ਰਹਿੰਦਾ ਹੈ ਇੰਡੀਆ ਵਾਪਸ ਜਾਣ ਦਾ ਜਿਤਨਾ ਕੁ ਸਮਾਂ ਹੋਇਆ ਆਪ ਜੀ ਦੀ ਸੇਵਾ ਫਿਰ ਵੀ ਕਿਤੇ ਗੁਰੂ ਨੇ ਕਿਰਪਾ ਕੀਤੀ ਆਪ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਸਿੱਖ ਸੰਗਤਾਂ ਵੱਲੋਂ ਮਾਇਆ ਆਈ ਹੈ ਸਤਿਗੁਰੂ ਚੜ੍ਹਦੀ ਕਲਾ ਗੁਰੂ ਸਿੱਖੀ ਜੀਵਨ ਅੰਮ੍ਰਿਤ ਦੀ ਦਾਤ ਦੇਵ ਦੀ ਬਖਸ਼ਿਸ਼ ਕਰਨ ਹਰ ਧਨ ਦੇ ਫਤਿਹ ਬਖਸ਼ਣ ਬੁਲਾਓ ਫਤਿਹ ਦੀ ਪਾਓ ਫਤਿਹ ਜੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਗਿਆਨ ਭਿੰਦਰ ਸਿੰਘ ਜੀ ਖੁਸ਼ੀ ਜਥਾ ਮੋਗੇ ਵਾਲੇ ਉਹਨਾਂ ਨੂੰ ਸਰੂਪ ਬਖਸ਼ਿਸ਼ ਕੀਤਾ ਜਾ ਰਿਹਾ ਹੈ ਆਪ ਜੀ ਸਨਮਾਨ ਪ੍ਰਾਪਤ ਕਰ ਰਹੇ ਜੀ ਸਰਬੱਤ ਮਾਈ ਭਾਈ ਜਦੋਂ ਵੀ ਸਾਨੂੰ ਆਪਣੇ ਹਾਜ਼ਰੀ ਉੱਪਰ ਲੈ ਕੇ ਹੋ ਜੀ ਆਓ ਅਨੰਦ ਸਾਹਿਬ ਦੇ ਪਾਠ ਕਰੀਏ।